ਸੋ ਧੰਨਵਾਦੀ ਹਾਂ ਜਸਪ੍ਰੀਤ ਸਿੰਘ ਗੋਲੇਵਾਲਾ, ਇੰਡੀਅਨਐਪਲਿਸ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਸਹਿਯੋਗ ਦੇ ਨਾਲ ਪੰਨੂ ਸਾਹਿਬ ਦਾ ਸ਼ੋਅ ਤੁਹਾਡੇ ਤੱਕ ਪਹੁੰਚ ਰਿਹਾ, ਅਤੇ ਉੱਧਰੋਂ ਜਤਿੰਦਰ ਪੰਨੂ ਸਾਹਿਬ ਦੇ ਨਾਲ ਆਪਾਂ ਸਾਂਝ ਪਾਈ ਹੋਈ ਹੈ, ਉਹਨਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚਣੀ ਹੈ, ਇਹ ਗੱਲ ਵੀ ਆਪਾਂ ਯਕੀਨੀ ਬਣਾ ਲਈਏ। ਪੰਨੂ ਸਾਹਿਬ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਸੁਖਨੈਬ ਜੀ, ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ ਪੰਨੂ ਸਾਹਿਬ ਤੁਸੀਂ ਸ਼ਾਮਲ ਹੋ ਅਤੇ ਗੱਲਬਾਤ ਕਰੀਏ ਜੀ। ਇੱਕ ਵੱਡਾ ਘਟਨਾਕ੍ਰਮ ਜਿਹੜਾ ਸ਼ਨੀਵਾਰ ਨੂੰ ਵਾਪਰਿਆ, ਅੰਮ੍ਰਿਤਪਾਲ ਤੇ ਉਸਦੇ ਸਾਥੀਆਂ ਦੇ ਖਿਲਾਫ ਸਰਕਾਰ ਦੇ ਵੱਲੋਂ ਕਾਰਵਾਈ। ਸੁਖਨੈਬ ਜੀ, ਅਸਲ ਵਿਚ ਇਹ ਘਟਨਾਕ੍ਰਮ ਪਿਛਲੇ ਮਹੀਨੇ ਤੋਂ ਹੀ ਚੱਲਦਾ ਪਿਆ ਸੀ। ਜਦੋਂ ਅਜਨਾਲੇ ਦੇ ਵਿਚ ਘਟਨਾ ਵਾਪਰੀ ਜੀ, ਉੱਥੇ ਪੁਲਿਸ ਨੇ ਇੱਕ ਸਿੱਖ ਨੌਜਵਾਨ ਨੂੰ ਫੜ ਲਿਆ ਸੀ ਜਿਹੜਾ ਅੰਮ੍ਰਿਤਪਾਲ ਸਿੰਘ ਦਾ ਸਾਥੀ ਸੀ। ਝਗੜਾ ਉਹਦਾ ਨਿੱਜੀ ਸੀ, ਉਹ ਝਗੜੇ ਲਈ ਨਿੱਜੀ ਝਗੜੇ ਲਈ ਅਦਾਲਤ ਜਾਇਆ ਜਾ ਸਕਦਾ ਸੀ, ਉਸ ਤਰ੍ਹਾਂ ਨਾਲ ਪ੍ਰੈਸ਼ਰ ਬਣਾ ਕੇ ਪੁਲਿਸ ਨਾਲ ਗੱਲਬਾਤ ਕਰਕੇ ਛਡਾਇਆ ਜਾ ਸਕਦਾ ਸੀ। ਇਹ ਕਾਫਲਾ ਲੈ ਕੇ ਉਧਰ ਤੁਰ ਪਏ, ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਉਹ ਪਾਲਕੀ ਲਈ ਤੁਰ ਲਈ। ਉੱਥੇ ਸਮਝਿਆ ਜਾਂਦਾ ਸੀ ਕਿ ਪੁਲਿਸ ਨਾਲ ਟਕਰਾਅ ਹੋਵੇਗਾ ਤੇ ਟਕਰਾਅ ਦੇ ਵਿਚ ਹੋ ਸਕਦਾ ਕਿ ਕਿਸੇ ਕਿਸਮ ਦੀ ਮੰਦੀ ਘਟਨਾ ਵਾਪਰ ਜਾਵੇ, ਪਰ ਪੁਲਿਸ ਵਾਲਿਆਂ ਨੇ ਉੱਥੇ ਥਮਾ ਰੱਖਿਆ। ਕੁੱਟ ਖਾਲੀ, ਇੱਕ ਐਸ ਪੀ ਨੂੰ ਵੀ, ਬੜੇ ਸੀਨੀਅਰ ਅਫਸਰ ਨੂੰ ਵੀ ਸੱਟਾਂ ਲੱਗ ਗਈਆਂ, ਪਰ ਪੁਲਿਸ ਨੇ ਅੱਗੋਂ ਕੋਈ ਵੀ ਗੱਲ ਸਖ਼ਤੀ ਵਾਲੀ ਨਹੀਂ ਕੀਤੀ, ਚੁੱਪ ਕਰਕੇ ਕੁੱਟ ਖਾਂਦੇ ਰਹੇ। ਉਸ ਤੋਂ ਬਾਅਦ ਸਾਰੇ ਪਾਸਿਆਂ ਤੋਂ ਇਸ ਘਟਨਾ ਦੀ ਚਰਚਾ ਹੁੰਦੀ ਸੀ। ਕੁੱਝ ਲੋਕ ਨਿੰਦਾ ਕਰਦੇ ਸੀ, ਕੁਛ ਕਹਿੰਦੇ ਸੀ ਨੌਜਵਾਨਾਂ ਦਾ ਜੋਸ਼ ਆ, ਕੁਛ ਕਹਿੰਦੇ ਸੀ ਇਹ ਤਾਂ ਹੁੰਦਾ ਆ ਤੇ ਹੋਣਾ ਚਾਹੀਦਾ। ਇਹ ਮਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚ ਗਿਆ ਕਿ ਤੁਸੀਂ ਦੱਸੋ ਕਿ ਇਹੋ ਜਿਹੇ ਸੰਘਰਸ਼ ਵਾਲੇ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਜਾਣੀ ਚਾਹੀਦੀ ਕਿ ਨਹੀਂ। ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸੋਹਰੀ ਕਿਸੇ ਮਸਲੇ ਦਾ ਫੈਸਲਾ ਕਦੇ ਕਰਦੇ ਹੀ ਨਹੀਂ ਜੀ। ਉਹਨਾਂ ਨੇ ਫੇਰ ਟਾਲਣ ਵਾਸਤੇ ਇੱਕ ਕਮੇਟੀ ਬਣਾ ਦਿੱਤੀ, ਆਖਿਆ 15 ਦਿਨਾਂ ਦੇ ਅੰਦਰ ਅੰਦਰ ਕਮੇਟੀ ਆਪਣੀ ਰਿਪੋਰਟ ਦੇਵੇ। ਕਮੇਟੀ ਨੇ 15 ਛੱਡ ਕੇ ਅੱਧੇ ਦਿਨਾਂ ਦੀ ਰਿਪੋਰਟ ਦੇ ਦਿੱਤੀ, ਜਿਹਦੇ ਚ ਉਹਨਾਂ ਨੇ ਆਖਿਆ ਬਈ ਇੱਕ ਵੱਡਾ ਹਿੱਸਾ ਜਿਹੜਾ ਇਸ ਗੱਲ ਦੇ ਖਿਲਾਫ਼ ਹੈ, ਆਹ ਰਿਪੋਰਟ ਹੈ, ਤੇ ਬਾਕੀ ਜਿਹੜੇ ਜਿਨ੍ਹਾਂ ਦੀ ਸਹਿਮਤੀ ਨਹੀਂ ਜੀ, ਉਹਨਾਂ ਦੇ ਬਿਆਨ, ਉਹਨਾਂ ਦੇ ਜਿਹੜੇ ਵਿਚਾਰ ਉਹ ਵੱਖਰੇ ਤੌਰ ਤੇ ਦਰਜ ਕਰ ਦਿੱਤੇ ਆ ਜੀ। ਇਹ ਤੇ ਫੈਸਲਾ ਲੈਣਾ ਚਾਹੀਦਾ ਸੀ। ਜਥੇਦਾਰ ਸਾਹਿਬ ਨੇ ਫਿਰ ਫੈਸਲਾ ਨਹੀਂ ਲਿਆ, ਆਖਿਆ ਰਿਪੋਰਟ ਤੇ ਸਾਰਿਆਂ ਦੇ ਦਸਖਤ ਨਹੀਂ, ਜਦ ਤੱਕ ਸਾਰਿਆਂ ਦੇ ਦਸਖਤ ਨਹੀਂ ਰਿਪੋਰਟ ਨਹੀਂ ਮੰਨਣੀ ਦੁਬਾਰਾ ਵਿਚਾਰੋ। ਹੁਣ ਅਦਾਲਤਾਂ ਵਿਚ ਵੀ ਹੁੰਦਾ ਕਿ ਜੇ 5 ਜਾਂ 7 ਜੱਜ ਹੋਣ, ਉਹਨਾਂ ਚੋਂ ਬਾਕੀ ਸਾਰੇ ਸਹਿਮਤ ਹੋਣ, 1 ਜਾਂ 2 ਨਾ ਸਹਿਮਤ ਹੋਣ ਜੀ, ਤੇ ਉਹ ਫੈਸਲੇ ਤੇ ਦਸਖਤ ਨਹੀਂ ਕਰਦੇ, ਉਹ ਆਪਣਾ ਵੱਖਰਾ ਫੈਸਲਾ ਲਿਖ ਕੇ ਦੇ ਦਿੰਦੇ ਤੇ ਸਾਡੀ ਰਾਏ ਆਹ ਵਾ ਜੀ। ਇੱਥੇ ਵੀ ਜਿਨ੍ਹਾਂ ਦੀ ਵੱਖਰੀ ਰਾਏ ਸੀ, ਉਹਨਾਂ ਨੇ ਵੱਖਰੀ ਰਾਏ ਲਿਖ ਕੇ ਦੇਣੀ ਸੀ, ਦੇ ਦਿੱਤੀ, ਪਰ ਜਥੇਦਾਰ ਸਾਹਿਬ ਕਹਿੰਦੇ ਨਹੀਂ ਜੀ, ਸਾਰਿਆਂ ਨੇ ਦਸਖਤ ਕਰਾ ਕੇ ਲਿਆਓ, ਇਹਦਾ ਮਤਲਬ ਸੀ ਕੁਝ ਦਿਨ ਮਸਲਾ ਹੋਰ ਟਾਲ ਦਿਓ। ਉਹ ਟਾਲਦੇ ਗਏ, ਓਨੇ ਚਿਰ ਨੂੰ ਜਿਹੜੇ ਇੱਧਰ ਹਾਲਾਤ ਵਿਗੜਦੇ ਗਏ ਤੇ ਫਿਰ ਪੁਲਿਸ ਨੇ ਅਚਾਨਕ ਉਹ ਕੇਸ ਕਰ ਲਿਆ ਤੇ ਕੋਸ਼ਿਸ਼ ਕੀਤੀ ਕਿ ਜਿਸ ਦਿਨ ਇਹਦੀ ਗੱਡੀ ਅੰਮ੍ਰਿਤਪਾਲ ਸਿੰਘ ਦੀ ਇਕੱਲੀ ਹੋਵੇ ਜਾਂ 2-3 ਗੱਡੀਆਂ ਹੋਣ, ਰਫ ਪਾ ਕੇ ਫੜ ਫੁੜ ਲਓ। ਉਹ ਜਦੋਂ ਇੱਥੇ ਸ਼ਾਹਕੋਟ ਦੇ ਤੇ ਮਹਿਤਪੁਰ ਦੇ ਵਿਚਾਲੇ ਇੱਕ ਪਿੰਡ ਆ ਬੁਲੰਦਾ ਜੀ, ਤੇ ਉਹਦੇ ਲਾਗੇ ਸ਼ਾਇਦ ਪਿੰਡ ਆ ਇੱਕ ਸਲੇਮਾ, ਬੁਲੰਦਪੁਰੀ ਬਣਿਆ ਹੋਇਆ ਜਿੱਥੇ ਜੀ, ਨਹੀਂ ਬੁਲੰਦਪੁਰ ਹੋ ਰਿਹਾ ਜੀ, ਇਹ ਸ਼ਾਇਦ ਬੁਲੰਦਾ ਜੇ ਮੈਂ ਭੁੱਲਦਾ ਨੀ, ਮੈਨੂੰ ਭੁਲੇਖਾ ਵੀ ਹੋ ਸਕਦਾ, ਹੋ ਸਕਦਾ ਮੈਂ ਗਲਤ ਹੋਵਾਂ ਜੀ। ਉੱਥੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਦਰਬਾਰ ਸਾਹਿਬ, ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ, ਇਸ ਤਰ੍ਹਾਂ ਦਾ ਗੁਰਦੁਆਰਾ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਲੋਕਾਂ ਨੇ, ਤੇ ਪਤਾ ਨੀ ਉਹ ਇਤਿਹਾਸਿਕ ਹੈ ਕਿ ਬਾਅਦ ਵਿੱਚ ਬਣਾਇਆ ਗਿਆ, ਮੈਨੂੰ ਇਹਦਾ ਵੀ ਪਤਾ ਨੀ। ਇਹਨੇ ਉੱਥੇ ਜਾਣਾ ਸੀ, ਉੱਥੋਂ ਚੱਲਦਾ ਵਹੀਲ ਜਿਹੜਾ ਉਹਦਾ ਆਪਣਾ, ਉਹ ਇਹਨੇ ਫੇਰ ਜਥਾ ਤੋਰਨਾ ਸੀ। ਉਸ ਤੋਂ ਪਹਿਲਾਂ ਰਾਹ ਦੇ ਵਿੱਚ ਪੁਲਿਸ ਨੇ ਫੜਨ ਦਾ ਯਤਨ ਕੀਤਾ, ਇਹਨਾਂ ਨੂੰ ਪਤਾ ਲੱਗ ਗਿਆ, ਇਹਨਾਂ ਇਕਦਮ ਗੱਡੀ ਨੂੰ ਯੂ ਟਰਨ ਦਿੱਤਾ, ਦੂਜੀਆਂ ਗੱਡੀਆਂ ਨੇ ਪੁਲਿਸ ਦਾ ਰਾਹ ਰੋਕਿਆ, ਇਹ ਨਿਕਲ ਗਿਆ। ਫਿਰ ਉਸ ਭੱਜੋ ਨਸੀ ਕਿ ਸ਼ਾਮ ਨੂੰ ਰੌਲਾ ਪੈ ਗਿਆ, ਇਹਨੂੰ ਗ੍ਰਿਫ਼ਤਾਰ ਕਰ ਲਿਆ, ਪਰ ਕੀਤਾ ਨੀ ਸੀ, ਅਸਲ ਚ ਇਹ ਨਿਕਲ ਗਿਆ ਸੀ ਜੀ। ਉਹਦੇ ਬਾਅਦ ਘੇਰਾ ਪਿਆ, ਕੋਈ ਆਖੇ ਜੀ ਸ਼ਾਹਕੋਟ ਤੋਂ ਮਲਸੀਆਂ ਨੂੰ ਚਲਾ ਗਿਆ, ਕੋਈ ਆਖੇ ਮਲਸੀਆਂ ਤੋਂ ਮਹਿਤਪੁਰ ਨੂੰ ਚਲਾ ਗਿਆ, ਕੋਈ ਆਖੇ ਨਕੋਦਰ ਚਲਾ ਗਿਆ ਸੀ, ਉੱਥੋਂ 3-ਵੀਲਰ ਦੇ ਉੱਤੇ ਸ਼ੰਕਰ ਪਿੰਡ ਚਲਾ ਗਿਆ। ਸ਼ੰਕਰ ਜਿਹੜਾ ਉਹ ਨਕੋਦਰ ਦੇ ਤੇ ਜੰਡਿਆਲਾ ਮੰਜਕੀ ਦੇ ਵਿਚਾਲੇ ਪਿੰਡ ਆ, ਬਹੁਤ ਵੱਡਾ ਪਿੰਡ ਆ ਜੀ, ਬਹੁਤ ਵੱਡਾ ਪਿੰਡ ਆ, ਸਾਬਕਾ ਵਿਦੇਸ਼ ਮੰਤਰੀ ਸਵਰਨ ਸਰੋਂ ਦਾ ਪਿੰਡ ਆ ਜੀ। ਫਿਰ ਕਹਿਣ ਜੀ ਉੱਥੇ ਘੇਰਾ ਪਾਇਆ, ਅਗਲੇ ਦਿਨ ਪਤਾ ਲੱਗਾ ਉੱਥੇ ਵੀ ਨੀ, ਕਿਸੇ ਹੋਰ ਥਾਂ ਤੇ ਆ। ਉਹਦੇ ਦਰਮਿਆਨ ਉਹਦੇ 4-5 ਸਾਥੀ ਜਿਹੜੇ ਸੀ ਉਹ ਫੜੇ ਗਏ, ਤੇ ਉਹਨਾਂ ਨੂੰ ਪੁਲਿਸ ਨੇ
ਇਕਦਮ ਵਿਸ਼ੇਸ਼ ਕਾਨੂੰਨ ਲਾ ਕੇ ਤੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਚ ਭੇਜ ਦਿੱਤਾ, ਜਿੱਥੇ ਬਹੁਤ ਟਾਈਟ ਸਿਕਿਉਰਿਟੀ ਹੈ ਜੀ, ਉੱਥੇ ਨੇੜੇ ਵੀ ਉਹਨਾਂ ਦੇ ਕੋਈ ਨੀ ਜਾ ਸਕਦਾ। ਫਿਰ ਇੱਕ ਬੰਦਾ ਚੰਡੀਗੜ੍ਹ ਤੋਂ ਫੜ ਲਿਆ, ਗੁਰਗਾਓਂ ਤੋਂ ਜੀ। ਉਹ ਕਹਿੰਦੇ ਜੀ ਅੰਮ੍ਰਿਤਪਾਲ ਸਿੰਘ ਦਾ ਫਾਈਨੈਂਸਰ ਸੀ, ਉਹਦਾ ਨਾਂ ਦਲਜੀਤ ਸਿੰਘ ਕਲਸੀ ਸੀ ਜੀ, ਉਹਨੂੰ ਵੀ ਉੱਥੇ ਭੇਜ ਦਿੱਤਾ। ਇਹਦੇ ਦੌਰਾਨ ਕਦੇ ਕੋਈ ਕਹਿੰਦਾ ਕਿ ਇਹਨਾਂ ਤੇ ਜੀ ਮੁਕਾਬਲੇ ਜੋ ਕਰਨਾ ਸੀ ਕਰਤਾ, ਕੋਈ ਕਹਿੰਦਾ ਨਹੀਂ ਜੀ ਉਹ ਇੱਥੋਂ ਨਿਕਲ ਕੇ ਫਰਾਰ ਹੋ ਗਿਆ, ਕੋਈ ਕਹਿੰਦਾ ਜੀ ਦੇਸ਼ ਤੋਂ ਬਾਹਰ ਚਲਾ ਗਿਆ। ਜਿੰਨੇ ਮੂੰਹ ਓਨੀਆਂ ਗੱਲਾਂ, ਹਰ ਕੋਈ ਆਪੋ ਆਪਣੀ ਗੱਲ ਕਹੀ ਜਾਂਦਾ ਜੀ, ਘੜੀ ਮੁੜੀ ਰਿਪੋਰਟਾਂ ਆਉਂਦੀਆਂ। ਉਹਦੇ ਮਾਂ ਬਾਪ ਵੀ ਕਦੇ ਕਹਿੰਦੇ ਆ ਕਿ ਮੁੰਡੇ ਨਾਲ ਕੋਈ ਮਾੜੀ ਘਟਨਾ ਵਾਪਰ ਗਈ ਜਾਪਦੀ ਆ, ਕਦੇ ਕਹਿੰਦੇ ਆ ਨਹੀਂ ਅਜੇ ਉਹ ਕਾਬੂ ਹੀ ਨਹੀਂ ਆਇਆ, ਕਦੇ ਅਪੀਲ ਕਰ ਦਿੰਦੇ ਆ ਵੀ ਉਹ ਸਮਰਪਣ ਕਰਦੇ, ਵੀ ਪਤਾ ਨੀ ਉਹਨਾਂ ਅਪੀਲ ਕੀਤੀ ਕਿ ਉਹਨਾਂ ਦੇ ਨਾਂ ਤੇ ਕੋਈ ਕਰਦਾ ਜੀ। ਬਹੁਤ ਕੁਛ ਕਹਾਣੀਆਂ ਪੈਂਦੀਆਂ ਪਈਆਂ। ਰਾਤੀ ਅੱਧੀ ਰਾਤ ਨੂੰ ਉਹਦੇ ਚਾਚੇ ਨੇ ਤੇ ਡਰਾਈਵਰ ਨੇ ਦੋਵਾਂ ਨੇ ਸਿਲੰਡਰ ਕਰਤਾ ਸੀ ਜੀ। ਉਹਨਾਂ ਕੋਲ ਇੱਕ ਪਿਸਤੌਲ ਵੀ ਸੀਗਾ, ਜਿਹੜਾ ਉਹ ਕਹਿੰਦੇ ਆ ਕਿ ਸਾਡੇ ਕੋਲ ਲਾਇਸੈਂਸ ਹੀ ਹੈ ਜੀ। ਲਾਇਸੈਂਸ ਬਾਰੇ ਆਪੇ ਪੁਲਿਸ ਪੜਤਾਲ ਕਰਦੀ ਰਹੋ, ਲੱਖ ਸਵਾ ਲੱਖ ਰੁਪਇਆ ਉਹਨਾਂ ਆਖਿਆ ਸਾਡੇ ਕੋਲ ਹੈ, ਪੁਲਿਸ ਲੈ ਗਈ। ਜਿਹੜਾ ਡਰਾਈਵਰ ਉਹਨੂੰ ਭੇਜਿਆ ਨਹੀਂ ਬਾਹਰ ਭੇਜਿਆ, ਪਰ ਅੰਮ੍ਰਿਤਪਾਲ ਸਿੰਘ ਦੇ ਚਾਚੇ ਨੂੰ ਵੀ ਆਸਾਮ ਭੇਜਤਾ ਉਹਨਾਂ ਨੇ ਜੀ। ਸਵੇਰੇ ਰਾਜਸਥਾਨ ਸੀ ਤੋਂ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਤੋਂ ਜਹਾਜ਼ ਤੇ ਚੜਾ ਕੇ ਤੇ ਆਸਾਮ ਤੇ ਗੁਰੂਗੜ੍ਹ ਭੇਜ ਦਿੱਤਾ ਜੀ। ਹੁਣ ਬਾਕੀ ਆਪਰੇਸ਼ਨ ਅਜੇ ਚੱਲਦਾ ਪਿਆ। ਇਹਦੇ ਦੌਰਾਨ ਕਦੇ ਆਉਂਦੀ ਖ਼ਬਰ ਫਲਾਣੇ ਥਾਂ ਇੰਨੇ ਲੋਕਾਂ ਨੇ ਰਸਤੇ ਜਾਮ ਕਰਤੇ ਜੀ, ਸਿਰਫ ਇੱਕ ਥਾਂ ਤੋਂ ਰਸਤਾ ਜਾਮ ਕਰਨ ਦੀ ਰਿਪੋਰਟ ਹੈ। ਉਹ ਹਰੀਕੇ ਪੱਤਣ ਲੱਗ ਗਏ, ਜਿਹਨੂੰ ਪਹਿਲਾਂ ਬੰਗਾਲੀ ਵਾਲਾ ਪੁਲ ਕਹਿੰਦੇ ਹੁੰਦੇ ਸੀ ਜੀ, ਉੱਥੇ ਅੱਜ ਕੱਲ੍ਹ ਐਕਸਪ੍ਰੈਸ ਵੇ ਬਣਨ ਨਾਲ ਚੌੜੀ ਸੜਕ ਬਣ ਗਈ ਆ। ਉਸ ਚੌੜੀ ਸੜਕ ਦਾ ਇੱਕ ਪਾਸਾ ਕਹਿੰਦੇ ਜਾਮ ਹੈ, ਇੱਕ ਪਾਸਾ ਚੱਲਦਾ, ਪੂਰਾ ਬੰਦ ਹੈ ਨੀ ਗਾ, ਤੇ ਬਾਕੀ ਸਾਰੇ ਪੰਜਾਬ ਦੇ ਵਿੱਚ ਕਿਸੇ ਥਾਂ ਤੇ ਬੰਦ ਨਹੀਂ। ਇੱਥੇ ਮੋਹਾਲੀ ਦੇ ਵਿੱਚ ਗੁਰਦੁਆਰਾ ਸਿੰਘ ਸ਼ਹੀਦਾਂ ਦੁਹਾਣੇ ਤੇ, ਉੱਥੋਂ ਜਿਹੜੇ ਜਦੋਂ ਅਸੀਂ ਖਰੜ ਤੋਂ ਏਅਰਪੋਰਟ ਨੂੰ ਜਾਂਦੇ ਹਾਂ ਤੇ ਸੜਕ ਉੱਥੋਂ ਲੰਘਦੀ ਆ ਥੋੜਾ ਜਿਹਾ ਵਿੰਗ ਜਿਹਾ ਪਾ ਕੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਜੀ, ਉੱਥੇ ਕੁਝ ਇਕੱਠ ਜ਼ਰੂਰ ਹੈ ਥੋੜਾ ਜਿਹਾ, ਕਿੰਨਾ ਇਹ ਨੀ ਪਤਾ। ਉਹ ਸਰ ਜਾਰੀ ਰਾਤ ਮੈਂ ਉੱਥੇ ਸੀ, ਲੰਘਿਆ ਉੱਥੋਂ 10 ਵਜੇ, ਉਦੋਂ ਮੈਂ ਪੁਲਿਸ ਵਾਲਿਆਂ ਨੂੰ ਪੁੱਛਿਆ, ਮੈਂ ਕਿੰਨਾ ਕੁ, ਕਹਿੰਦੇ 150 ਤੋਂ 200 ਬੰਦਾ ਹੈ। ਇਹ ਸਰ ਤੁਹਾਨੂੰ ਪਤਾ ਹੋ ਸਕਦਾ, ਮੈਨੂੰ ਨੀ ਪਤਾ ਕਿਉਂਕਿ ਮੈਂ ਜਲੰਧਰ ਪਿਆ, ਮੇਰੇ ਕੋਲ ਪੂਰੀ ਇਨਫੋਰਮੇਸ਼ਨ ਨਹੀਂ। ਇਹ ਵੀ ਖਬਰਾਂ ਆਈਆਂ ਨੇ ਕਿ ਜਿਹੜਾ ਬੰਦੀ ਸਿੰਘਾਂ ਵਾਸਤੇ ਕੌਮੀ ਮੋਰਚਾ ਲੱਗਾ ਸੀ ਜੀ, ਉਹਨਾਂ ਦੇ ਤੇ ਇਹਨਾਂ ਦੇ ਆਪਸ ਵਿੱਚ ਮਤਭੇਦ ਹੋ ਗਏ ਆ। ਉਹ ਕਹਿੰਦੇ ਆ ਸਾਡਾ ਮੋਰਚਾ ਹੋ ਰਿਹਾ, ਇਹ ਕਹਿੰਦੇ ਸਾਡਾ, ਦੋਵੇਂ ਮੋਰਚੇ ਇਕੱਠੇ ਆ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਜੀ। ਇਹਦੇ ਦੌਰਾਨ ਪੁਲਿਸ ਨੇ ਆਖਿਆ ਕਿ 114 ਬੰਦੇ ਅਸੀਂ ਫੜੇ ਆ। ਉਹ ਸਕਦਾ ਪੁਲਿਸ ਠੀਕ ਕਹਿੰਦੀ ਹੋਵੇ, ਮੇਰੀ ਰਿਪੋਰਟ ਇਹ ਆ ਕਿ ਬੰਦੇ ਇਹਨਾਂ ਨੇ ਫੜੇ ਆ 200 ਤੋਂ ਉੱਪਰ, ਪਰ ਉਹਦੇ ਚੋਂ ਜਿਹੜੀ ਅਰੈਸਟ ਪਾਈ 114 ਦੀ ਆ, ਬਾਕੀ ਦੇ ਬੰਦੇ ਇਹਨਾਂ ਨੇ ਫੜ ਕੇ ਉਹਨਾਂ ਦੇ ਮਾਂ ਬਾਪ ਨੂੰ, ਮੁੰਡੇ ਸਨ ਬਹੁਤੇ ਯੰਗਸਟਰ ਜੀ, ਮਾਂ ਬਾਪ ਨੂੰ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੱਦ ਕੇ ਲਿਖਤੀ ਤੌਰ ਤੇ ਉਹਨਾਂ ਦੇ ਹਵਾਲੇ ਕਰਤੇ ਆ ਤੇ ਆਖਿਆ ਕਿ ਇਹਨਾਂ ਤੇ ਕਾਰਵਾਈ ਕੋਈ ਨੀ ਕਰਨੀ, ਬੱਚੇ ਆ ਤੁਸੀਂ ਲੈ ਜਾਓ ਤੇ ਇਹਨਾਂ ਨੂੰ ਅੱਖ ਇਹੋ ਜਿਹੀ ਐਕਟੀਵਿਟੀ ਚ ਸ਼ਾਮਲ ਨਾ ਹੋਣ ਜੀ। ਤੇ ਮਾਪੇ ਲੈ ਗਏ ਆਪਣੀ ਜ਼ਿੰਮੇਵਾਰੀ ਤੇ ਗੱਲ ਖਤਮ ਹੋਈ। ਸਰਕਾਰੀ ਤੌਰ ਤੇ ਗਿਣਤੀ 114 ਜਿਹੜੀ ਉਹ ਠੀਕ ਜਾਪਦੀ ਆ ਜੀ, ਦੂਸਰੇ ਜਿਹੜੇ ਫੜੇ ਤੇ ਕਾਰਵਾਈ ਕੀਤੀ ਨੀ ਕੋਈ ਵੀ, ਮਾਪਿਆਂ ਨੂੰ ਸੌਂਪ ਦਿੱਤੇ ਜਾਂ ਪੰਚਾਇਤ ਨੂੰ ਸੌਂਪ ਦਿੱਤੇ, ਉਹ ਫੜਿਆ ਗਿਆ ਦੀ ਗਿਣਤੀ ਚ ਨਹੀਂ ਆਉਂਦੇ, ਇਸ ਕਰਕੇ ਉਹਨਾਂ ਨੂੰ ਪਾਸੇ ਰੱਖ ਲਓ। ਇਹਦੇ ਦਰਮਿਆਨ ਬਹੁਤ ਸਾਰੀਆਂ ਅਫਵਾਹਾਂ ਉੱਡਦੀਆਂ, ਇੱਥੇ ਆ ਹੋ ਗਿਆ, ਉੱਥੇ ਆ ਹੋ ਗਿਆ ਜੀ, ਉਹਨਾਂ ਅਫਵਾਹਾਂ ਵੱਲ ਧਿਆਨ ਦੇਣ ਦੀ ਲੋੜ ਨਹੀਂ। ਪੁਲਿਸ ਦੇ ਆਈ ਜੀ ਐਡਮਿਨਿਸਟ੍ਰੇਸ਼ਨ ਜਿਹੜਾ ਚੰਡੀਗੜ੍ਹ ਚ ਸੁਖਚੈਨ ਸਿੰਘ ਗਿੱਲ ਜੀ, ਉਹਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਦੇ ਚ 3 ਵਜੇ ਤੋਂ ਬਾਅਦ ਉਹਦੀ ਪ੍ਰੈਸ ਕਾਨਫਰੰਸ ਸੀ, ਉਹਨੇ ਸਾਰੀਆਂ ਗਿਣਤੀਆਂ ਮਿਣਤੀਆਂ ਦੱਸੀਆਂ। ਉਹਨੇ ਆਖਿਆ ਇੰਨੇ ਬੰਦੇ ਸੀ, ਇੰਨੇ ਅਸੀਂ ਉੱਥੇ ਭੇਜ ਤੇ ਆ ਕਰਤਾ। ਅੰਮ੍ਰਿਤਪਾਲ ਸਿੰਘ ਬਾਰੇ ਉਹਨੇ ਆਖਿਆ ਕਿ ਅਜੇ ਤੱਕ ਉਹ ਸਾਡੇ ਕੋਲ ਨਹੀਂ, ਅਜੇ ਤੱਕ ਪੁਲਿਸ ਉਹਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ, ਪਰ ਕਰਨ ਦੇ ਯਤਨ ਹੈ। ਜਿਹੜੇ ਬੰਦੇ ਫੜੇ ਗਏ ਆ, ਜਿਹੜੇ ਆਸਾਮ ਡਿਬਰੂਗੜ੍ਹ ਭੇਜੇ ਆ ਜੀ, ਉਹਨਾਂ ਤੋਂ ਪਤਾ ਲੱਗਾ ਕਿ NSA ਯਾਨੀ ਨੈਸ਼ਨਲ ਸਿਕਿਉਰਿਟੀ ਐਕਟ ਲਾਤਾ, ਉਹਦੇ ਚ ਪਛੇਤੀ ਜ਼ਮਾਨਤ ਵੀ ਨਹੀਂ ਹੁੰਦੀ ਜੀ, ਉਹ ਉੱਥੇ ਰਹਿਣਗੇ। ਉਹਨੇ ਹਥਿਆਰ ਦੱਸੇ, ਪੁਰਾਣੇ ਪੁਰਾਣੇ ਫੜੇ ਗਏ ਆ। ਇੱਕ ਉਹਨੇ ਆਖਿਆ ਕਿ ਉਹਨਾਂ ਸਾਰੇ ਹਥਿਆਰਾਂ ਤੇ ਜਿਹੜਾ ਪਹਿਲਾਂ ਜਦੋਂ ਇਹ ਅੱਡ ਅੱਡ ਥਾਵਾਂ ਤੇ ਜਥਾ ਲਿਖ ਕੇ ਜਾਂਦੇ ਸੀ ਤੇ ਉਦੋਂ ਵੀ ਉਹਨਾਂ ਚ ਕੁਝ ਹਥਿਆਰਾਂ ਦੇ ਉੱਤੇ AKF ਲਿਖਿਆ ਹੁੰਦਾ ਸੀ, ਤੇ ਲੋਕੀ ਵੀ ਉੱਥੇ ਸੋਚਦੇ ਹੁੰਦੇ ਸੀ ਕਿ AKF ਕੀ ਹੋਇਆ ਜੀ। ਅੱਜ ਉਹਨੇ IG ਨੇ ਆਖਿਆ ਕਿ ਸਾਨੂੰ ਉੱਥੋਂ ਜੈਕਟਾਂ ਵੀ ਮਿਲੀਆਂ ਨੇ, ਕੁਝ ਬੁਲਟ ਪਰੂਫ ਜੈਕਟਾਂ ਵੀ ਨੇ,
ਇਹਨਾਂ ਸਾਰੀਆਂ ਦੇ ਉੱਤੇ ਇੱਕ ਐਪ ਲਿਖਿਆ ਤੇ ਉਹ ਕਹਿੰਦੇ ਬਾਅਦ ਵਿੱਚ ਗੱਲ ਖੁੱਲੀ ਹੈ ਕਿ ਇਹ ਆਨੰਦਪੁਰ ਖਾਲਸਾ ਫੌਜ ਜਿਹੜੀ ਆ ਇਸ ਤਰ੍ਹਾਂ ਦਾ ਨਾਂ ਰੱਖਿਆ ਤੇ ਉਹਦੇ ਨਾਂ ਦੇ ਉੱਤੇ ਫੋਰਸ ਖੜੀ ਕਰ ਰਹੇ ਸੀ ਤੇ ਉਹਦੇ ਹਥਿਆਰ ਨੇ ਤੇ ਉਹਦੀਆਂ ਇਹ ਜੈਕਟਾਂ ਨੇ ਜਿਹੜੀਆਂ ਇੱਕੋ ਥਾਂ ਤੋਂ ਮਿਲੀਆਂ ਉੱਥੋਂ ਦਾ ਠੀਕ ਕਹਿੰਦੇ ਹੁਣ ਉਹਨਾਂ ਨੇ ਤੇ ਇਹ ਵੀ ਆਖਿਆ ਕਿ ਸਾਡੇ ਕੋਲ ਇਹੋ ਜਿਹੇ ਸੰਕੇਤ ਨੇ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਨਾਲ ਸੰਬੰਧ ਹੈ ਜੀ ਉੱਥੋਂ ਦਾ ਨਹੀਂ ਹੋ ਸਕਦਾ ਅਗਲੇ ਦਿਨ ਜਾ ਕੇ ਗੱਲ ਸਾਹਮਣੇ ਆਵੇਗੀ ਇਹਦੇ ਦੌਰਾਨ ਨਵੀਂ ਗੱਲ ਅੱਜ ਇਹ ਹੋਈ ਆ ਕਿ ਥੋੜੀ ਦੇਰ ਪਹਿਲਾਂ ਇੱਕ ਵੀਡੀਓ ਮੈਂ ਵੇਖੀ ਆ ਜੀ ਮਹਿਤਾ ਚੌਕ ਤੋਂ ਜਿਹੜੀ ਦਮਦਮੇ ਟਕਸਾਲ ਆ ਉਹਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਦੀ ਇੱਕ ਸਟੇਟਮੈਂਟ ਹੈ ਜੀ ਕਿ ਅਸੀਂ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਨਾਲ ਖੜੇ ਆ ਤੇ ਸਰਕਾਰ ਇਹ ਤਸ਼ੱਦਦ ਬੰਦ ਕਰੇ ਉਹ ਹੁਣ ਇੰਨਾ ਕੁਛ ਹੁੰਦਾ ਰਿਹਾ ਉਦੋਂ ਤੱਕ ਦਮਦਮੇ ਟਕਸਾਲ ਬੋਲੀ ਨੀ ਤਿੰਨ ਦਿਨ ਤੋਂ ਇਹੋ ਕਾਰਵਾਈ ਚੱਲਦੀ ਵੀ ਇਹਦੇ ਦਰਮਿਆਨ ਵੀ ਉਹ ਨਹੀਂ ਬੋਲੇ ਅੱਜ ਉਹ ਅਚਾਨਕ ਬੋਲੇ ਆ ਜਾਂ ਤਾਂ ਇਹ ਆ ਕਿ ਬਾਹਰਲੇ ਸਿੱਖਾਂ ਦੇ ਦਬਾਅ ਥੱਲੇ ਬੋਲੇ ਆ ਜੀ ਜੋ ਵੀ ਆ ਉਹਨਾਂ ਦੀ ਇੱਕ ਸਟੇਟਮੈਂਟ ਆਈ ਆ ਦੂਸਰਾ ਸਰਕਾਰ ਦਾ ਪੱਖ ਕੀ ਕਿਉਂ ਨੀ ਸਾਹਮਣੇ ਆ ਰਿਹਾ ਸਰਕਾਰ ਵੀ ਜਮਾ ਹੀ ਚੁੱਪ ਹੈ ਪੁਲਿਸ ਦੇ ਵੱਲੋਂ ਤਾਂ ਚਲੋ ਜਿਹੜਾ ਇੱਕ ਸਟੇਟਮੈਂਟ ਆ ਗਈ ਨਹੀਂ ਸਰਕਾਰ ਦਾ ਪੱਖ ਇਹ ਆ ਕਿ ਜਿਹੜੇ ਪੰਜਾਬ ਦੇ ਕੁਛ ਮੰਤਰੀਆਂ ਨੇ ਬਿਆਨ ਦਿੱਤੇ ਆ ਜੀ ਕਿ ਪੰਜਾਬ ਸ਼ਾਂਤ ਹੈ ਕੁਝ ਬੰਦੇ ਸੀ ਜਿਨ੍ਹਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੁੰਦੀ ਪਈ ਹੈ ਤੇ ਅਮਨ ਕਾਨੂੰਨ ਦਾ ਮਸਲਾ ਪੁਲਿਸ ਦਾ ਪੁਲਿਸ ਆਪਣੇ ਤੌਰ ਤੇ ਨਿਪਟ ਰਹੀ ਹੈ ਤੇ ਅਸੀਂ ਇਹ ਚ ਦਖਲ ਨਹੀਂ ਦੇ ਰਹੇ ਜੀ ਦੂਜੇ ਪਾਸੋਂ ਇਹ ਰਿਪੋਰਟਾਂ ਪਹਿਲੇ ਦਿਨ ਸਾਹਮਣੇ ਆ ਗਈਆਂ ਸੀ ਕਿ ਪੰਜਾਬ ਦੀ ਪੁਲਿਸ ਇਕੱਲੀ ਨਹੀਂ ਇਸ ਆਪਰੇਸ਼ਨ ਦੇ ਵਿੱਚ ਸੈਂਟਰ ਗੌਰਮੈਂਟ ਦੀਆਂ ਏਜੰਸੀਆਂ ਨਾਲ ਸ਼ਾਮਿਲ ਨੇ ਤੇ ਜੁਆਇੰਟ ਆਪਰੇਸ਼ਨ ਹੈ ਉਹਦਾ ਜੁਆਇੰਟ ਆਪਰੇਸ਼ਨ ਹੈ ਜੋ ਸੈਂਟਰ ਦੀਆਂ ਏਜੰਸੀਆਂ ਨਾਲ ਸ਼ਾਮਿਲ ਨੇ ਤੇ ਇਹਦਾ ਮਤਲਬ ਫਿਰ ਜਿਹੜਾ ਹੁਣ ਤੱਕ ਪ੍ਰਚਾਰ ਹੁੰਦਾ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਸੈਂਟਰ ਨੇ ਖੜਾ ਕੀਤਾ ਜੇ ਸੈਂਟਰ ਨੇ ਖੜਾ ਕੀਤਾ ਤੇ ਸੈਂਟਰ ਦੀਆਂ ਏਜੰਸੀਆਂ ਜੁਆਇੰਟ ਆਪਰੇਸ਼ਨ ਵਾਸਤੇ ਨਹੀਂ ਸੀ ਮੰਨਣਾ ਤੇ ਫਿਰ ਉਹਨਾਂ ਨੇ ਇਸ ਗੱਲ ਵਾਸਤੇ ਵੀ ਸਹਿਯੋਗ ਨਹੀਂ ਸੀ ਕਰਨਾ ਕਿ ਇਹਨਾਂ ਦੇ ਬੰਦੇ ਫੜ ਫੜ ਕੇ ਤੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਚ ਭੇਜੋ ਉਹ ਵੀ ਗੱਲ ਨਹੀਂ ਸੀ ਹੋ ਸਕਣੀ ਉਹਦੇ ਤੋਂ ਲੱਗਦਾ ਕਿ ਘੱਟੋ ਘੱਟ ਇਸ ਮਸਲੇ ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਵੇਂ ਪੂਰੀ ਤਰ੍ਹਾਂ ਮਿਲ ਕੇ ਚੱਲਦੀਆਂ ਪਈਆਂ ਨੇ ਜੀ ਹੁਣ ਜਿੱਦਾਂ ਦੇ ਹਾਲਾਤ ਬਣਦੇ ਪਏ ਨੇ ਉਹਦੇ ਚ ਥੱਲਿਓ ਜਿਹੜੀਆਂ ਰਿਪੋਰਟਸ ਆਉਂਦੀਆਂ ਉਹ ਰਿਪੋਰਟਸ ਇਹੋ ਹੀ ਹੈ ਕਿ ਇਸ ਮਸਲੇ ਤੇ ਪੰਜਾਬ ਵਿਚਲਾ ਸਿੱਖ ਭਾਈਚਾਰਾ ਵੀ ਵੰਡਿਆ ਪਿਆ ਜੀ ਮਿਸਾਲ ਦੇ ਤੌਰ ਤੇ ਜਿਸ ਤਰ੍ਹਾਂ ਜਲੰਧਰ ਦੇ ਗੁਰਦੁਆਰਾ ਮਾਡਲ ਟਾਊਨ ਦੀ ਘਟਨਾ ਹੋਈ ਸੀ ਬਿਲਕੁਲ ਜਿੱਥੇ ਉਹਨਾਂ ਨੇ ਆ ਕੇ ਕੁਰਸੀਆਂ ਤੇ ਬੈਂਚ ਬਾਹਰ ਕੱਢ ਕੇ ਤੇ ਬਰਸ਼ੀਆਂ ਤੇ ਕਿਰਪਾਨਾਂ ਨਾਲ ਪਾੜੇ ਤੇ ਫਿਰ ਉਹਨਾਂ ਅੱਗ ਲਾਈ ਸੀ ਉਸ ਗੁਰਦੁਆਰਾ ਕਮੇਟੀ ਨੇ ਇਹਨਾਂ ਦੇ ਖਿਲਾਫ਼ ਸ਼ਿਕਾਇਤ ਥਾਣੇ ਦਿੱਤੀ ਸੀ ਬਕਾਇਦਾ ਦਰਜ ਕਰਵਾਈ ਸੀ ਉਹ ਘਟਨਾ ਵੀ ਆ ਕੁਝ ਹੋਰ ਜਥੇਬੰਦੀਆਂ ਵੀ ਅਕਾਲੀ ਦਲ ਦੇ ਕੁਝ ਲੀਡਰਾਂ ਨੇ ਵੀ ਉਦੋਂ ਇਹ ਬਿਆਨ ਦਿੱਤੇ ਸੀ ਜੋ ਕੁਝ ਅਜਨਾਲੇ ਚ ਹੋਇਆ ਪੁਲਿਸ ਤੇ ਕਾਰਵਾਈ ਕਰਦੀ ਕਿਉਂ ਨੀ ਜੀ ਹੁਣ ਜਦੋਂ ਕਾਰਵਾਈ ਕਰਨੀ ਸ਼ੁਰੂ ਕੀਤੀ ਹੈ ਤੇ ਉਸੇ ਬਾਅਦ ਅਕਾਲੀ ਦਲ ਦੇ ਕੁਝ ਲੀਡਰਾਂ ਨੇ ਇਹ ਕਹਿਤਾ ਕਿ ਜਿਆਦਤੀ ਹੋ ਰਹੀ ਆ ਯਾਨੀ ਇੱਧਰ ਵੀ ਉੱਧਰ ਵੀ ਦੋਵੇਂ ਪਾਸੇ ਰਹਿਣਾ ਚਾਹੁੰਦੇ ਆ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਵੀ ਅਜਨਾਲੇ ਦੀ ਘਟਨਾ ਤੋਂ ਬਾਅਦ ਆਖਿਆ ਸੀ ਪੰਜਾਬ ਸਰਕਾਰ ਦਾ ਜਲੂਸ ਨੇ ਦੂਜਾ ਕੱਖ ਨੀ ਕਰਨ ਜੋਗੀ ਪੁਲਿਸ ਵਾਲਿਆਂ ਨੂੰ ਵੀ ਕੁਟਵਾਤਾ ਪਰ ਜਿਹੜਾ ਪੁਲਿਸ ਦਾ ਐਸ ਪੀ ਜ਼ਖਮੀ ਹੋਇਆ ਸੀ ਉਹਨੂੰ ਮਿਲ ਕੇ ਤੇ ਉਹਦੇ ਕੋਲ ਬਹਿ ਬਹਿ ਕੇ ਇਹਨਾਂ ਸਾਰਿਆਂ ਨੇ ਫੋਟੋ ਵੀ ਖਿੱਚਾਈਆਂ ਸੀ ਹੁਣ ਜਦੋਂ ਕਾਰਵਾਈ ਹੋਣ ਲੱਗ ਪਈ ਆ ਤੇ ਇਹਨਾਂ ਦੇ ਤਿੰਨ ਚਾਰ ਲੀਡਰਾਂ ਨੇ ਤੇ ਇਹ ਆਖਿਆ ਕਿ ਅਸੀਂ ਇਸ ਮਸਲੇ ਚ ਸਰਕਾਰ ਦੇ ਨਾਲ ਹੈ ਪਬਲਿਕ ਨੂੰ ਠੀਕ ਰਹਿਣਾ ਚਾਹੀਦਾ ਪਰ ਤਿੰਨਾਂ ਚੋਂ ਨੇ ਦੂਸਰੀ ਸੁਰ ਵੀ ਕੱਢ ਲਈ ਆ ਇਸ ਕਰਕੇ ਅੱਗੋਂ ਅੱਡਿਆ ਜੋ ਕੁਝ ਵਿਦੇਸ਼ਾਂ ਚ ਹੋ ਰਿਹਾ ਉਹਦਾ ਅਸਰ ਵੀ ਹੈ ਕੱਲ ਖਾਸ ਕਰਕੇ ਜਿਹੜਾ ਇੰਗਲੈਂਡ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਿਲਡਿੰਗ ਤੇ ਚੜ੍ਹ ਕੇ ਤੇ ਤਿਰੰਗਾ ਝੰਡਾ ਲਾਤਾ ਗਿਆ ਇਸੀ ਥਾਂ ਤੇ ਦੂਜਾ ਝੰਡਾ ਲਾਉਣ ਦਾ ਯਤਨ ਕੀਤਾ ਗਿਆ ਉਹਦੇ ਤੋਂ ਬਾਅਦ ਅੱਜ ਭਾਰਤ ਸਰਕਾਰ ਨੇ ਇਹਨਾਂ ਦੇ ਯੂਕੇ ਵਾਲਿਆਂ ਦੇ ਹਾਈ ਕਮਿਸ਼ਨਰ ਨੂੰ ਸੱਦ ਕੇ ਉਹਨੂੰ ਬੜਾ ਸਖ਼ਤੀ ਨਾਲ ਆਖਿਆ ਇਹ ਕੁਝ ਸਾਡੇ ਉੱਥੇ ਹੁੰਦਾ ਤੇ ਸਾਡੇ ਸਟਾਫ ਨਾਲ ਜਿਆਦਤੀ ਹੁੰਦੀ ਆ ਤੇ ਇਹ ਬਰਦਾਸ਼ਤ ਨਹੀਂ ਹੋਣੀ ਅਜੇ ਪਿਛਲੇ ਹਫ਼ਤੇ ਇਹਨਾਂ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਵੀ ਆਖਿਆ ਸੀ ਕਿ ਤੁਹਾਡੇ ਹੁੰਦਿਆਂ ਆਸਟ੍ਰੇਲੀਆ ਚ ਭਾਰਤ ਦੇ ਹਾਈ ਕਮਿਸ਼ਨ ਤੇ ਕੌਂਸਲੇਟ ਦੇ ਖਿਲਾਫ਼ ਇਸ ਤਰ੍ਹਾਂ ਦੀਆਂ ਹਰਕਤਾਂ ਹੁੰਦੀਆਂ ਉੱਥੇ ਜਿਹੜਾ ਕੌਂਸਲੇਟ ਹੈ ਇੱਕ ਸ਼ਹਿਰ ਦੇ ਵਿੱਚ ਬੰਦ ਵੀ ਕਰਨਾ ਪਿਆ ਕੁਝ ਦਿਨਾਂ ਵਾਸਤੇ ਤੇ ਤੁਸੀਂ ਰੋਕਦੇ ਕਿਉਂ ਨਹੀਂ ਉਹ ਮਸਲਾ ਉਦੋਂ ਵੀ ਉੱਠਿਆ ਸੀ ਅੱਜ ਦਿੱਲੀ ਚ ਸਿੱਖਾਂ ਦੇ ਕਾਫ਼ੀ ਵੱਡੇ ਗਰੁੱਪ ਨੇ ਜਾ ਕੇ ਬਰਤਾਨੀਆ ਦੇ ਹਾਈ ਕਮਿਸ਼ਨ ਦੇ ਖਿਲਾਫ਼ ਮੁਜ਼ਾਹਰਾ ਕੀਤਾ ਕਿ ਤੁਹਾਡੇ ਦੇਸ਼ ਵਿੱਚ ਭਾਰਤ ਦਾ ਝੰਡਾ ਉਤਾਰਿਆ ਗਿਆ ਹਾਈ ਕਮਿਸ਼ਨ ਤੇ ਯਾਨੀ ਮੈਂ ਜਿਹੜੀ ਗੱਲ ਪਹਿਲਾਂ ਆਖੀ ਹੈ ਕਿ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਸਿੱਖਾਂ ਦੇ ਵਿੱਚ ਵੀ ਦੋ ਧੜੇ ਬਣ ਗਏ ਨੇ ਇੱਕ ਧੜਾ ਜਿਹੜੀ ਇਹ ਸਮਝਦੀ ਹੈ ਕਿ ਗਲਤ ਹੋ ਰਿਹਾ
ਦੂਸਰੀ ਧਿਰ ਆ ਜਿਹੜੀ ਕਹਿੰਦੀ ਉਹ ਜੋ ਮਰਜ਼ੀ ਹੋਵੇ ਸਿੱਖਾਂ ਨੂੰ ਸਿੱਖ ਨਾਲ ਖਲੋਣਾ ਚਾਹੀਦਾ। ਇਸ ਕਰਕੇ ਪਾਰਟੀ ਕੈਕਲ ਨੇ ਪੰਜਾਬੀਆਂ ਚ ਨਹੀਂ ਸਿੱਖਾਂ ਵਿਚ ਵੀ ਇਸ ਗੱਲ ਤੇ ਦੋ ਰਾਏ ਚੱਲਦੀਆਂ ਨੇ। ਪੰਨ ਸਾਹਿਬ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤੇ ਬੰਦੇ ਉਹਨਾਂ ਤੋਂ ਹੁਣ ਪੁਲਿਸ ਰਿਮਾਂਡ ਲਿਆ ਜਾ ਸਕਦਾ ਜਾਂ ਜਿਹੜੀਆਂ ਏਜੰਸੀ ਜਾਂ ਉੱਥੇ ਜਾ ਕੇ ਪੁੱਛਗਿੱਛ ਕਰ ਸਕਦੀਆਂ? ਉੱਥੇ ਪੁੱਛਗਿੱਛ ਵੀ ਕਰ ਸਕਦੀਆਂ ਤੇ ਜੇ ਅਦਾਲਤ ਉਹਨਾਂ ਦਾ ਰਿਮਾਂਡ ਦੇਵੇ ਤੇ ਉਹਨਾਂ ਨੂੰ ਪ੍ਰੋਟੈਕਸ਼ਨ ਵਾਰੰਟ ਦੇ ਉੱਤੇ ਇੱਥੇ ਵੀ ਲਿਆਂਦਾ ਜਾ ਸਕਦਾ ਜੀ, ਜਾਂ ਇੱਕ ਹੋਰ ਤਰੀਕਾ ਹੁੰਦਾ। ਇਹ ਜਿਹੜਾ ਭਾਰਤ ਦਾ ਕਾਨੂੰਨ ਹੈ ਉਹਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਪ੍ਰਬੰਧ ਹੁੰਦੇ ਆ ਜਿਹੜੇ ਆਮ ਤੌਰ ਤੇ ਵਰਤੇ ਨਹੀਂ ਜਾਂਦੇ ਪਰ ਲੋੜ ਪੈਣ ਤੇ ਵਰਤੇ ਜਾ ਸਕਦੇ ਆ। ਮਿਸਾਲ ਦੇ ਤੌਰ ਤੇ ਅਦਾਲਤ ਤਾਂ ਹਮੇਸ਼ਾ ਅਦਾਲਤੀ ਕੰਪਲੈਕਸ ਵਿੱਚ ਲੱਗਣੀ ਹੁੰਦੀ ਹੈ ਜੀ, ਪਰ ਲੋੜ ਪੈਣ ਦੇ ਉੱਤੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਉਸੇ ਜੱਜ ਨੂੰ ਇਸ ਗੱਲ ਵਾਸਤੇ ਵੀ ਇਹ ਬੇਨਤੀ ਕੀਤੀ ਜਾ ਸਕਦੀ ਹੈ ਕਿ ਅਦਾਲਤੀ ਕੰਪਲੈਕਸ ਦੇ ਬਜਾਏ ਜੇਲ੍ਹ ਦੇ ਅੰਦਰ ਜਾ ਕੇ ਤੇ ਉੱਥੇ ਅਦਾਲਤ ਲਾ ਲਵੇ। ਕਈ ਕੇਸਾਂ ਵਿੱਚ ਪੰਜਾਬ ਵਿੱਚ ਵੀ ਏਦਾਂ ਅਦਾਲਤ ਜੇਲ੍ਹ ਵਿੱਚ ਲੱਗਦੀ ਰਹੀ ਹੈ। ਮੁੱਖ ਮੰਤਰੀ ਬੇਅੰਤ ਸਿੰਘ ਵਾਲੇ ਕੇਸ ਵਿੱਚ ਵੀ ਜੇਲ੍ਹ ਵਿੱਚ ਅਦਾਲਤ ਲਾਉਣ ਦੀ ਨੌਬਤ ਆ ਗਈ ਸੀ। ਏਦਾਂ ਕਈ ਵਾਰੀ ਹੋ ਜਾਂਦਾ। ਉਸੇ ਤੋਂ ਜੇ ਇਹਨਾਂ ਨੇ ਪੁੱਛਗਿੱਛ ਕਰਨੀ ਹੋਵੇ ਤੇ ਪੁੱਛਗਿੱਛ ਕਰਨ ਵਾਸਤੇ ਪੁਲਿਸ ਰਿਮਾਂਡ ਲਿਆ ਹੋਵੇ, ਪੁਲਿਸ ਰਿਮਾਂਡ ਥਾਣੇ ਚ ਵੀ ਹੋ ਸਕਦਾ, ਸੀਆਈਓ ਸਟਾਫ ਚ ਵੀ, ਕਿਸੇ ਪੁਲਿਸ ਲਾਈਨ ਦੇ ਕਮਰੇ ਵਿੱਚ ਵੀ, ਜਾਂ ਨੋਟੀਫਿਕੇਸ਼ਨ ਜਾਰੀ ਕਰਕੇ ਕਿਸੇ ਵੀ ਥਾਂ ਨੂੰ ਪੁਲਿਸ ਰਿਮਾਂਡ ਵਾਸਤੇ ਕੈਂਪ ਆਫਿਸ ਦੇ ਤੌਰ ਤੇ ਵਰਤਿਆ ਜਾ ਸਕਦਾ। ਤੇ ਜੇ ਕੱਲ ਨੂੰ ਪੰਜਾਬ ਸਰਕਾਰ ਇਹੋ ਜਿਹਾ ਨੋਟੀਫਿਕੇਸ਼ਨ ਜਾਰੀ ਕਰ ਦੇਵੇ ਕਿ ਆਸਾਮ ਦੇ ਡਿਬਰੂਗੜ੍ਹ ਦੇ ਵਿੱਚ ਇੱਕ ਬਿਲਡਿੰਗ ਫਲਾਨੀ ਫਲਾਨੀ ਨੋਟੀਫਾਈ ਕੀਤੀ ਜਾਂਦੀ ਹੈ, ਜਿੱਥੇ ਪੰਜਾਬ ਦਾ ਇੱਕ ਆਰਜੀ ਥਾਣਾ ਇਹਨਾਂ ਕੇਸਾਂ ਦੀ ਪੁੱਛਗਿੱਛ ਵਾਸਤੇ ਚੱਲ ਸਕਦਾ, ਤੇ ਕਾਨੂੰਨ ਵਿੱਚ ਇਹੋ ਜਿਹੇ ਪ੍ਰਬੰਧ ਵੀ ਹੈਗੇ ਨੇ। ਓਦਾਂ ਜੇ ਉੱਥੋਂ ਰਿਮਾਂਡ ਦੇ ਉੱਤੇ ਪ੍ਰੋਟੈਕਸ਼ਨ ਵਾਰੰਟ ਤੇ ਲਿਆਉਣਾ ਹੋਵੇ ਤੇ ਜਹਾਜ ਦੇ ਵਿੱਚ 3 ਘੰਟਿਆਂ ਚ ਇੱਥੇ ਵੀ ਲਿਆਂਦਾ ਜਾ ਸਕਦਾ, ਇੱਥੇ ਲਿਆ ਕੇ ਪੁੱਛਗਿੱਛ ਕਰਕੇ ਵਾਪਸ ਵੀ ਭੇਜਿਆ ਜਾ ਸਕਦਾ। ਇਹ ਸਾਰੇ ਪ੍ਰਬੰਧ ਕਾਨੂੰਨ ਦੇ ਵਿੱਚ ਹੈਗੇ ਨੇ। ਸਵਾਲ ਇਹ ਹੈ ਕਿ ਇਹਨਾਂ ਪ੍ਰਬੰਧਾਂ ਨੂੰ ਸਰਕਾਰ ਵਰਤਦੀ ਹੈ ਜਾਂ ਉਹਨਾਂ ਨੂੰ ਉੱਥੇ ਭੇਜਤਾ ਤੇ ਭੇਜ ਦਿੱਤਾ, ਇੱਥੋਂ ਤੱਕ ਸੀਮਤ ਰਹਿੰਦੀ ਹੈ। ਇਹ ਮਸਲਾ ਅਜੇ ਸਰਕਾਰ ਦੀ ਸਮਝ ਤੇ ਪੁਲਿਸ ਅਫਸਰਾਂ ਦੀ ਜਿਹੜੀ ਸਮਝ ਹੈ ਉਹਦੇ ਉੱਤੇ ਨਿਰਭਰ ਕਰੇਗਾ ਜੀ। ਤੇ ਜੀ ਬੰਦ ਸਾਹਿਬ, ਸਿੱਧੂ ਮੂਸੇਵਾਲੇ ਦੀ ਬਰਸੀ ਵੀ ਸੀ ਕੱਲ, ਸਿੱਧੂ ਮੂਸੇਵਾਲੇ ਦੀ ਬਰਸੀ ਪਹਿਲੀ ਬਰਸੀ ਸੀ। ਉਹਦੇ ਮੌਕੇ ਦੇ ਉੱਤੇ ਉਹਦੇ ਮਾਂ ਬਾਪ ਦੋਵੇਂ ਜਣੇ ਬੋਲੇ ਨੇ, ਬਾਪ ਬਲਕੌਰ ਸਿੰਘ ਜ਼ਿਆਦਾ ਬੋਲਿਆ, ਮਾਂ ਵੀ ਸਿੱਧੂ ਮੂਸੇਵਾਲੇ ਦੀ ਉਹਨੇ ਵੀ ਭਾਸ਼ਣ ਕੀਤਾ। ਪਰ ਉਹਨਾਂ ਦੋਵਾਂ ਦੀ ਪਹਿਲੀ ਗੱਲ ਤਾਂ ਇਹ ਸਮਝਣੀ ਚਾਹੀਦੀ ਹੈ ਕਿ ਜਿਨ੍ਹਾਂ ਦਾ ਜਵਾਨ ਪੁੱਤ ਮਰਿਆ ਜੀ, ਉਹਨਾਂ ਦੇ ਮਨ ਦਾ ਦੁੱਖ ਸੀਨਾ ਪਾੜ ਕੇ ਬਾਹਰ ਨਿਕਲਦਾ ਤੇ ਨਿਕਲ ਰਿਹਾ ਸੀ। ਉਹ ਖੁੱਲ ਕੇ ਉੱਥੇ ਬੋਲੇ, ਉਹਨਾਂ ਨੇ ਰਾਜ ਸਰਕਾਰ ਦੇ ਖਿਲਾਫ਼ ਵੀ ਬੋਲਿਆ, ਰਾਜ ਸਰਕਾਰ ਦੇ ਇੱਕ ਅਹੁਦੇਦਾਰ ਦੇ ਖਿਲਾਫ਼ ਵੀ ਬਕਾਇਦਾ ਨਾਂ ਲਿਖ ਕੇ ਬੋਲਿਆ ਜੀ, ਭਾਰਤ ਸਰਕਾਰ ਦੇ ਖਿਲਾਫ਼ ਵੀ ਬੋਲਿਆ। ਉਹਨਾਂ ਨੇ ਇਹ ਵੀ ਆਖਿਆ ਕਿ ਭਾਰਤ ਸਰਕਾਰ ਵੀ ਕੁਛ ਕਰਦੀ ਨੀ, ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਇਹ ਤਾਂ ਸਰਕਾਰ ਹੀ ਹੈ ਨੀ, ਇਹਨਾਂ ਨੇ ਕੁਛ ਵੀ ਕਰਨਾ ਹੋਵੇ ਸੈਂਟਰ ਤੋਂ ਪੁੱਛੇ ਬਗੈਰ ਨੀ ਕਰਦੇ ਤੇ ਸੈਂਟਰ ਇਹਨਾਂ ਨੂੰ ਕੱਖ ਕਰਨ ਨੀ ਦਿੰਦਾ, ਇਹ ਵੀ ਆਖਿਆ। ਇਹਦਾ ਮਤਲਬ ਜਿਹੜੀ ਚਰਚਾ ਸੀ ਕਿ ਬਲਕੌਰ ਸਿੰਘ ਤਾਂ ਭਾਜਪਾ ਚ ਜਾਊ, ਜਿੱਦਾਂ ਉਹਨੇ ਕੱਲ ਭਾਜਪਾ ਦੇ ਖਿਲਾਫ਼ ਬੋਲਿਆ, ਉਹਦੇ ਤੋਂ ਸਾਫ਼ ਹੈ ਕਿ ਉਹ ਭਾਜਪਾ ਵਿੱਚ ਵੀ ਜਾਣ ਦਾ ਕੋਈ ਇਰਾਦਾ ਨਹੀਂ ਰੱਖਦਾ। ਜੇ ਇਰਾਦਾ ਕੋਈ ਹੁੰਦਾ ਤੇ ਉਹਨੇ ਭਾਜਪਾ ਦੇ ਖਿਲਾਫ਼ ਇਸ ਤਰ੍ਹਾਂ ਕਾਹਨੂੰ ਬੋਲਣਾ ਸੀ? ਫਿਰ ਉਹਨੇ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ਼ ਤਾਂ ਬੋਲਣਾ ਹੀ ਬੋਲਣਾ ਸੀ, ਕਾਂਗਰਸੀਆਂ ਦੇ ਖਿਲਾਫ਼ ਵੀ ਉਹ ਬੋਲਿਆ। ਉਹਨੇ ਆਖਿਆ ਜੀ ਮੈਂ ਕਾਂਗਰਸ ਪਾਰਟੀ ਵੱਲੋਂ ਪਿੰਡ ਦਾ ਸਰਪੰਚ ਸਾਂ। ਇਹਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਸਭ ਤੋਂ ਖਾਸ ਐਡਵਾਈਜ਼ਰ ਨੇ ਉੱਪਰੋਂ ਆਰਡਰ ਕੀਤਾ ਤੇ ਮੇਰੇ ਬੰਦਿਆਂ ਨੂੰ ਸੱਦ ਕੇ ਆਖਿਆ ਕਿ ਇਹਦਾ ਮੁੰਡਾ ਜਿਹੜਾ ਚਲਾਰੂ ਜਿਹਾ ਨੂੰ ਰੋਕ ਲਓ, ਨਹੀਂ ਤੇ ਮੈਂ ਆਹ ਕਰ ਦੂ ਉਹ ਕਰ ਦੂ। ਫਿਰ ਉਹ ਕਹਿੰਦਾ ਮੈਂ ਕਾਂਗਰਸੀ ਸਰਪੰਚ ਸਾਂ, ਪਰ ਥਾਣੇ ਦੇ ਵਿੱਚ ਉਹਨਾਂ ਚਿਰ ਤੱਕ ਮੈਨੂੰ ਨਿਰੀਖ ਕੀਤਾ ਗਿਆ ਜਦ ਤੱਕ ਮੈਂ ਬੇਸੁੱਤ ਨਹੀਂ ਹੋ ਗਿਆ, ਤੇ ਇਹਦਾ ਮਤਲਬ ਉਹਨੇ ਕਾਂਗਰਸੀਆਂ ਤੇ ਤਗੜੇ ਦੋਸ਼ ਲਾਏ ਆ। ਫਿਰ ਉਹਨੇ ਦੋ ਜਣਿਆਂ ਦੇ ਉੱਤੇ ਜਿਹੜੇ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਜੁੜੇ ਆ ਤੇ ਆਮ ਤੌਰ ਤੇ ਭਾਰਤ ਤੋਂ ਬਾਹਰ ਹੁੰਦੇ ਆ, ਉਹਨਾਂ ਦੋ ਜਣਿਆਂ ਦੇ ਨਾਂ ਲਏ ਤੇ ਉਹਨੇ ਆਖਿਆ ਕਿ ਮੁੱਢਲੇ ਰੂਪ ਚ ਮੇਰਾ ਪੁੱਤ ਇਹਨਾਂ ਦੇ ਨਾਲ ਕੰਮ ਕਰਦਾ ਸੀ। ਫਿਰ ਇਹਨਾਂ ਨੇ ਇਹ ਆਖਿਆ ਕਿ ਤੈਨੂੰ ਅਸੀਂ ਕੰਮ ਨੀ ਕਰਨਾ ਏਦਾਂ, ਕਿਉਂਕਿ ਉਹ ਇਹ ਸਮਝਦਾ ਸੀ ਕਿ ਮੇਰੀ ਕਮਾਈ ਇਹ ਖਾ ਰਿਹਾ। ਕਹਿੰਦਾ ਜਦੋਂ ਉਹਨੇ ਆਖਿਆ ਕਿ ਉਹਨਾਂ ਨੇ ਆਖਿਆ ਕਿ ਅਸੀਂ ਤੈਨੂੰ ਏਦਾਂ ਕਰ ਨੀ ਦੇਣਾ, ਤੇ ਮੈਂ ਆਪਣੇ ਪੁੱਤ ਦਾ ਗਨਮੈਨ ਬਣ ਕੇ ਉਹਦੇ ਨਾਲ ਨਾਲ ਜਾਂਦਾ ਰਿਹਾ। ਉਹਨੇ ਆਖਿਆ ਵਿਦੇਸ਼ ਵਿੱਚ ਤੇਰੇ ਸ਼ੋਅ ਨੀ ਹੋਣ ਦੇਣੇ, ਕਹਿੰਦਾ ਅਸੀਂ ਉੱਥੇ ਵੀ ਸ਼ੋਅ ਕਰ ਲਏ। ਜਦੋਂ ਉਹ ਸ਼ੋਅ ਕੀਤੇ ਤੇ ਫਿਰ ਇਹਨਾਂ ਨੂੰ ਕੋਈ ਰਾਹ ਨੀ ਸੀ ਲੱਭਦਾ। ਹੁਣ ਜਿਹੜੇ ਬੰਦਿਆਂ ਦੇ ਉਹਨੇ ਨਾਂ ਲਏ ਆ ਉਹ ਬੰਦੇ ਸੱਭਿਆਚਾਰਕ ਖੇਤਰ ਨਾਲ ਵੀ ਜੁੜੇ ਆ, ਉਹ ਬੰਦੇ ਅੱਗੋਂ ਉਹਨਾਂ ਦਾ ਲਿੰਕ ਇੱਕ ਅਕਾਲੀ ਲੀਡਰ ਨਾਲ ਵੀ ਜੁੜਦਾ ਸੁਣਦੇ ਆ, ਚਰਚਾ ਬੜੀ ਚੱਲਦੀ ਪਈ ਹੈ। ਜੇ ਸਾਰੀਆਂ ਗੱਲਾਂ ਹੋਣ ਤੇ ਇਹਦਾ ਮਤਲਬ ਕਿ ਸਿੱਧੂ ਮੂਸੇਵਾਲੇ ਦੇ ਬਾਪ ਬਲਕੌਰ ਸਿੰਘ ਨੇ
ਕਾਂਗਰਸ ਨੂੰ ਵੀ ਭੰਡਿਆ, ਅਕਾਲੀਆਂ ਨੂੰ ਵੀ ਇੱਕ ਪਾਸੇ ਤੋਂ ਟੇਢਾ ਜਿਹਾ ਇੱਕ ਸੰਕੇਤ ਕਰ ਦਿੱਤਾ, ਭਾਜਪਾ ਦੇ ਖਿਲਾਫ਼ ਵੀ ਕਰਤਾ, ਆਮ ਆਦਮੀ ਪਾਰਟੀ ਦੇ ਖਿਲਾਫ਼ ਵੀ। ਜਿਹੜੀ ਇਹ ਚਰਚਾ ਚੱਲਦੀ ਸੀ ਕਿ ਉਹ ਅਗਲੀ ਵਾਰੀ ਪਾਰਲੀਮੈਂਟ ਚੋਣ ਲੜੂਗਾ, ਹੁਣ ਸਵਾਲ ਲੋਕੀ ਇੱਕ ਦੂਜੇ ਨੂੰ ਪੁੱਛਦੇ ਫਿਰ ਕਿਹੜੀ ਪਾਰਟੀ ਨੂੰ ਲੜੂਗਾ। ਉਹਨੇ ਤੇ ਕੱਲ ਇਹ ਨਹੀਂ ਹੋ ਸਕਦਾ ਕਿ ਉਹ ਕਿਸੇ ਇੱਕ ਪਾਰਟੀ ਦਾ ਏਜੰਟ ਬਣ ਕੇ ਬੋਲਿਆ ਹੋਵੇ, ਉਹਨੇ ਤਾਂ ਤਕਰੀਬਨ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਨੁਕਸ ਬਣਾਏ ਆ ਔਰ ਚੁਣ ਚੁਣ ਕੇ ਸਾਰੀਆਂ ਦੇ ਉੱਤੇ ਚੋਟ ਕੀਤੀ ਆ। ਇਹਦੇ ਚ ਉਹਨੇ ਕਿਸੇ ਕਿਸੇ ਨੂੰ ਕੋਈ ਪੱਖਪਾਤ ਜਿਹਾ ਕੀਤਾ ਨਹੀਂ ਜਾਪਦਾ ਜੀ। ਪੰਨ ਸਾਹਿਬ, ਦੋਨੇ ਘਟਨਾਕ੍ਰਮ ਦੇ ਨਾਲ ਤੀਜਾ ਨਾਂ ਜੁੜ ਜਾਂਦਾ ਲਾਰੈਂਸ ਬਿਸ਼ਨੋਈ ਦਾ, ਉਹਦੀ ਇੰਟਰਵਿਊ ਆਈ ਸੀ ਤੇ ਫਿਰ ਲੋਕਾਂ ਨੇ ਇਹ ਵੀ ਕਹਿਣਾ ਸ਼ੁਰੂ ਕਰਤਾ ਕਿ ਦੂਜੀ ਇੰਟਰਵਿਊ ਨੂੰ ਦੱਬਣ ਦੇ ਖਾਤਰ ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਹੋਰਾਂ ਦੇ ਖਿਲਾਫ਼ ਕਾਰਵਾਈ ਕੀਤੀ ਹੈ, ਵਿੱਚ ਸਿੱਧੂ ਮੂਸੇਵਾਲੇ ਦੇ ਕਤਲ ਆ ਜਿਹੜੀ ਹੈਗੀ ਹੈ ਵਰਸੀ, ਇਹਦੇ ਨਾਲ ਜੋੜ ਕੇ ਵੀ ਗੱਲ ਹੁੰਦੀ ਸੀ, ਤੇ ਜਿਹੜਾ ਇਹ ਮਾਮਲਾ ਕਿੱਥੋਂ ਤੱਕ ਤੁਹਾਨੂੰ ਕਿਵੇਂ ਜਿਹਾ ਲੱਗਦਾ ਜਿਹੜਾ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਵਾਲਾ? ਦੇਖੋ, ਕੱਲ ਬਲਕੌਰ ਸਿੰਘ ਨੂੰ ਵੀ ਆਖਿਆ ਕਿ ਮੇਰੇ ਪੁੱਤ ਦੀ ਬਰਸੀ ਜਿਹੜੀ ਸੀ ਪਹਿਲੀ ਬਰਸੀ, ਉਹਦਾ ਕਰਕੇ ਜਾਣ ਬੁੱਝ ਕੇ ਇਹਨਾਂ ਨੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਕਾਰਵਾਈ ਲਈ ਇਹ ਦਿਨ ਚੁਣਿਆ। ਉਹਨੂੰ ਕਹਿਣ ਦਾ ਹੱਕ ਹੈ, ਉਹਦਾ ਪੁੱਤ ਮਰਿਆ, ਉਹਦਾ ਦੁੱਖ ਹੈ, ਆਪਣੀ ਥਾਂ ਕਹਿੰਦਾ ਉਹ। ਫਿਰ ਵੀ ਕੱਟ ਤੋਂ ਉੱਤੇ ਕੱਲ ਬਹੁਤ ਵੱਡਾ ਹੋ ਗਿਆ ਸੀ ਮੂਸੇਵਾਲ ਪਿੰਡ ਦੇ ਵਿੱਚ। ਦੂਜਾ ਪੱਖ ਹੈ ਕਿ ਜਿਹੜੀ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਕਾਰਵਾਈ ਹੈ, ਉਹ ਤਾਂ ਪੁਲਿਸ ਉਸੇ ਦਿਨ ਦਾ ਪਰਚਾ ਦਰਜ ਕਰੀ ਬੈਠੀ ਸੀ, ਅੱਜ ਨਹੀਂ ਭਲਕੇ ਸੀ, ਕਿਸੇ ਨਾ ਕਿਸੇ ਵਕਤ ਉਹਨਾਂ ਨੂੰ ਕਾਰਵਾਈ ਕਰਨੀ ਪੈਣੀ ਸੀ। ਤੇ ਉਹਨਾਂ ਨੇ ਆਮ ਚਰਚਾ ਕਿ ਉਹ ਡੀਕਦੇ ਸੀਗੇ ਕਿ ਜਿਹੜਾ G20 ਯਾਨੀ 20 ਦੇਸ਼ਾਂ ਦਾ ਸੰਮੇਲਨ ਹੋ ਰਿਹਾ ਉਹ ਲੰਘ ਜਾਵੇ, ਉਹਦਾ ਪਹਿਲਾ ਪੜਾਅ ਲੰਘ ਗਿਆ, ਦੂਸਰਾ ਪੜਾਅ ਘੱਟ ਹੈ ਸੀ, ਉਸ ਤੋਂ ਪਹਿਲਾਂ ਉਹਨਾਂ ਨੇ ਕਾਰਵਾਈ ਸ਼ੁਰੂ ਕਰ ਲਈ, ਉਹਨੂੰ ਉਹਦੇ ਨਾਲ ਜੋੜਦੇ ਆ। ਰਹਿ ਗਈ ਗੱਲ ਲਾਰੈਂਸ ਬਿਸ਼ਨੋਈ ਦੀ, ਲਾਰੈਂਸ ਬਿਸ਼ਨੋਈ ਦੀ ਜਿਹੜੀ ਪਹਿਲੀ ਇੰਟਰਵਿਊ ਆਈ, ਰੌਲਾ ਤੇ ਉਹਦੇ ਨਾਲ ਹੀ ਬਹੁਤ ਪੈ ਗਿਆ ਸੀ ਔਰ ਹਰ ਕੋਈ ਪੁੱਛਦਾ ਸੀ ਜੇਲ੍ਹ ਦੇ ਵਿੱਚ ਉਹਨੇ ਇੰਟਰਵਿਊ ਕਿਸ ਤਰ੍ਹਾਂ ਦੇ ਦਿੱਤੀ। ਉਸ ਇੰਟਰਵਿਊ ਦਾ ਰੌਲਾ ਆਪਣੀ ਥਾਂ ਰਹਿ ਗਿਆ। ਪੰਜਾਬ ਸਰਕਾਰ ਦੇ ਉੱਤੇ ਚੋਟਾਂ ਹੁੰਦੀਆਂ ਸਨ, ਪੰਜਾਬ ਪੁਲਿਸ ਦੇ ਮੁਖੀ ਨੇ ਆਖਿਆ ਜੀ ਇਹ ਇੰਟਰਵਿਊ ਸਾਡੀ ਬਠਿੰਡੇ ਦੀ ਜੇਲ੍ਹ ਵਿੱਚ ਨਹੀਂ ਹੋਈ, ਬਠਿੰਡੇ ਦੀ ਜੇਲ੍ਹ ਵਿੱਚ ਹੋਰ ਜੋ ਮਰਜ਼ੀ ਹੋਵੇ ਉੱਥੇ ਮੋਬਾਈਲ ਨਹੀਂ ਜਾ ਸਕਦਾ। ਇਹ ਵੀ ਉਹਨਾਂ ਨੇ ਆਖਿਆ ਜੇ ਵਾਲ ਵੱਡੇ ਆ ਛੋਟੇ ਆ ਇਹ ਸਾਰਾ ਕੁਝ ਇਹਦੇ ਨਾਲ ਨਹੀਂ ਮਿਲਦਾ, ਇਸ ਵੇਲੇ ਉਹਦੇ ਵਾਲ ਛੋਟੇ ਆ, ਇਹ ਉਸ ਤੋਂ ਪਹਿਲਾਂ ਦੀ ਇੰਟਰਵਿਊ ਆ। ਉਹਨਾਂ ਨੇ ਇਹ ਵੀ ਗੱਲ ਆਖੀ, ਜਿਹੜੇ ਸਾਡੇ ਵਰਗੇ ਪੱਤਰਕਾਰ ਸਨ ਅਸੀਂ ਵੀ ਕਹਿੰਦੇ ਸਾਂ ਕਿ ਇਹ ਇੰਟਰਵਿਊ ਪੁਰਾਣੀ ਆ, ਜੇ ਤਾਜ਼ੀ ਹੁੰਦੀ ਤੇ ਅਜੇ ਇੱਕ ਹਫ਼ਤਾ ਪਹਿਲਾਂ ਗੋਂਦਵਾਲ ਸਾਹਿਬ ਦੀ ਜੇਲ੍ਹ ਦੇ ਵਿੱਚ ਦੋ ਗਰੁੱਪ ਲੜੇ ਸੀ ਤੇ ਇਹਦੇ ਬਿਸ਼ਨੋਈ ਦੇ ਗਰੁੱਪ ਦਾ ਇੱਕ ਬੰਦਾ ਮਾਰਿਆ ਗਿਆ ਸੀ, ਤੇ ਜੇ ਇਹ ਤਾਜ਼ੀ ਘਟਨਾ ਇੰਟਰਵਿਊ ਹੁੰਦੀ ਤੇ ਇਹਨੇ ਉਸ ਇੰਟਰਵਿਊ ਚ ਉਹਦਾ ਜ਼ਿਕਰ ਜ਼ਰੂਰ ਕਰ ਦੇਣਾ ਸੀ, ਉਹ ਕਿਉਂ ਨਹੀਂ ਕੀਤਾ? ਉਹ ਜਦੋਂ DGP ਨੇ ਵੀ ਰੱਦ ਕਰਤੀ, ਉਹਨੇ ਅਗਲੇ ਦਿਨ ਫੇਰ ਇੱਕ ਇੰਟਰਵਿਊ ਦੇ ਦਿੱਤੀ। ਹੁਣ ਜਦੋਂ ਇਹਦੀ ਦੂਸਰੀ ਇੰਟਰਵਿਊ ਆਈ ਹੈ ਉਹਦੇ ਵਿੱਚ ਵਾਲ ਵੀ ਛੋਟੇ ਆ, ਦਾ ਮਤਲਬ ਹੁਣ ਹਰ ਕੋਈ ਪੁੱਛਦਾ ਕਿ ਇਹ ਤਾਂ ਫਿਰ ਇੱਥੋਂ ਹੀ ਦਿੱਤੀ ਹੋਊ, ਉਹਦੀ ਹੁਣ ਇਨਕੁਆਇਰੀ ਚੱਲਦੀ ਪਈ ਹੈ ਕਿ ਇੱਥੋਂ ਕਿੱਦਾਂ ਹੋਈ। ਇਸ ਗੱਲ ਨੂੰ ਕੱਲ ਬਲਕੌਰ ਸਿੰਘ ਨੇ ਵੀ ਆਪਣੇ ਭਾਸ਼ਣ ਚ ਮੁੜ ਮੁੜ ਕੇ ਚੁੱਕਿਆ, ਜਿਵੇਂ ਕਿ ਬਹੁਤ ਲੋਕਾਂ ਦਾ ਇੰਟਰਨੈਟ ਬੰਦ ਹੈ ਤੇ ਜੇਲ੍ਹ ਦੇ ਵਿੱਚੋਂ ਇੰਟਰਵਿਊ ਹੋਣ ਡਈਆਂ ਨੇ, ਉਹ ਇੰਟਰਵਿਊ ਕਿੱਦਾਂ ਹੋ ਗਈ ਤੇ ਇੰਟਰਵਿਊ ਕਰਨ ਵਾਲੇ ਨੂੰ ਕਿਉਂ ਨੀ ਪੁੱਛਿਆ? ਕਈ ਲੋਕ ਇਹ ਕਹਿੰਦੇ ਆ ਕਿ ਜਿਹੜਾ ਉਹਦਾ ਇਹ ਕਹਿਣਾ ਇੰਟਰਵਿਊ ਕਰਨ ਵਾਲੇ ਨੂੰ ਕਿਉਂ ਨੀ ਪੁੱਛਿਆ, ਪੱਤਰਕਾਰਾਂ ਤੇ ਹੱਕ ਹੁੰਦਾ ਕਿਸੇ ਦੀ ਵੀ ਇੰਟਰਵਿਊ ਕਰ ਸਕਦੇ ਆ। ਮੈਂ ਇਹਦੇ ਚ ਦੱਸਦਾ ਕਿ ਮੈਂ ਦਿੱਲੀ ਤੋਂ ਜਿਹੜੇ ਸਾਡੇ ਤੋਂ ਸੀਨੀਅਰ ਪੱਤਰਕਾਰ ਆ ਉਹਨਾਂ ਚੋਂ ਕਈਆਂ ਨਾਲ ਗੱਲ ਕੀਤੀ ਹੈ, ਉਹ ਕਹਿੰਦੇ ਜੀ ਉਹ ਕਿਸੇ ਵੀ ਬੰਦੇ ਦੀ ਕਿਤੇ ਵੀ ਇੰਟਰਵਿਊ ਕਰ ਸਕਦੇ ਆ, ਇੱਕ ਗੱਲ। ਦੂਜਾ ਇਹ ਕਿ ਬੰਦਾ ਭਗੌੜਾ ਵੀ ਹੋਵੇ ਜਿੱਥੇ ਮਿਲ ਜਾਵੇ ਉਹਦੀ ਇੰਟਰਵਿਊ ਕਰ ਸਕਦੇ ਆ, ਦੂਜੀ ਗੱਲ। ਤੀਜੀ ਇਹ ਹੈ ਕਿ ਜਿਹੜਾ ਬੰਦਾ ਜੇਲ੍ਹ ਚ ਹੋਵੇ ਉਹਦੀ ਇੰਟਰਵਿਊ ਨਹੀਂ ਕੀਤੀ ਜਾ ਸਕਦੀ, ਕਿਉਂਕਿ ਜੇਲ੍ਹ ਦੇ ਵਿੱਚ ਜੇ ਇੰਟਰਵਿਊ ਕੀਤੀ ਜਾਵੇ ਤੇ ਉਹਨੂੰ ਜੇਲ੍ਹ ਬਰੀਚ ਯਾਨੀ ਜੇਲ੍ਹ ਦੇ ਵਿੱਚ ਸੰਨ ਆਉਣਾ, ਜੇਲ੍ਹ ਨੂੰ ਤੋੜਨਾ ਮੰਨਿਆ ਜਾਂਦਾ। ਉਹ ਕਹਿੰਦੇ ਕਾਨੂੰਨੀ ਤੌਰ ਤੇ ਜਿਹੜਾ ਬੰਦਾ ਜੇਲ੍ਹ ਵਿੱਚ ਬੈਠਾ ਉਹਦੀ ਇੰਟਰਵਿਊ ਕਦੇ ਨੀ ਕੀਤੀ ਜਾ ਸਕਦੀ। ਜੇ ਇਹ ਗੱਲ ਹੋਵੇ ਤੇ ਫਿਰ ਪੱਤਰਕਾਰ ਨੇ ਉਹਦੀ ਇੰਟਰਵਿਊ ਕਰਕੇ ਗਲਤ ਕੀਤਾ ਹੋਊ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਅੱਡੋ ਅੱਡ ਪਾਸਿਆਂ ਨੂੰ ਮੋੜਾ ਕੱਟਦੀਆਂ ਨੇ। ਮੈਂ ਸਮਝਾਂ ਕਿ ਜਿਹੜੇ ਕਾਨੂੰਨ ਦੇ ਜਾਣਕਾਰ ਉਹ ਵੱਧ ਜਾਣਦੇ ਹੋਣਗੇ। ਇਸ ਇੰਟਰਵਿਊ ਦੇ ਉੱਤੇ ਸਵਾਲ ਵੀ ਬਹੁਤ ਉੱਠ ਰਹੇ ਆ, ਬਲਕੌਰ ਸਿੰਘ ਨੇ ਵੀ ਉਠਾਏ ਆ, ਜਦੋਂ ਕਹਿੰਦਾ ਕਿ ਉਹਨੂੰ ਵੀ ਨੀ ਪੁੱਛਿਆ ਤੇ ਇੰਟਰਵਿਊ ਕਰਨ ਵਾਲੇ ਨੂੰ ਵੀ ਨੀ ਪੁੱਛਿਆ। ਉਹਨੂੰ ਤਾਂ ਪੁਲਿਸ ਇਨਵੈਸਟੀਗੇਟ ਕਰਦੀ ਪਈ ਹੈ ਕਿ ਇੰਟਰਵਿਊ ਤੇਰੀ ਕਿੱਦਾਂ ਹੋਈ, ਪਰ ਇੰਟਰਵਿਊ ਕਰਨ ਵਾਲੇ ਪੱਤਰਕਾਰ ਨੂੰ ਪੁੱਛਣਾ ਕਿ ਨਹੀਂ ਪੁੱਛਣਾ? ਹੁਣ ਜੇ ਤੇ ਉਹ ਕਿਸੇ ਪੰਜਾਬੀ ਪੱਤਰਕਾਰ ਨੇ ਜਾਂ ਪੰਜਾਬੀ ਚੈਨਲ ਨੇ ਇੰਟਰਵਿਊ ਕੀਤੀ ਹੁੰਦੀ ਤੇ ਪੰਜਾਬ ਸਰਕਾਰ ਨਾਲ ਜੁੜ ਜਾਂਦੀ, ਉਹ ਕੀਤੀ ਗਈ ਹੈ ਹਿੰਦੀ ਚੈਨਲ ਵੱਲੋਂ ਜਿਹੜਾ ਨੈਸ਼ਨਲ ਲੈਵਲ ਤੇ ਆ ਤੇ ਕੇਂਦਰ ਸਰਕਾਰ ਦੇ ਵੀ ਨੇੜੇ ਗਿਣਿਆ ਜਾਂਦਾ, ਆਮ ਲੋਕਾਂ ਚ ਪ੍ਰਭਾਵ ਹੈ। ਇਸ ਕਰਕੇ ਪੰਜਾਬ ਸਰਕਾਰ ਨਾਲ ਤਾਂ ਜੁੜਦੀ ਨੀ, ਉੱਥੇ ਕੀ ਹੋਇਆ ਕੋਈ ਨੀ ਜਾਣਦਾ ਜੀ।
ਪੰਚ ਸਾਹਿਬ, ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਦੇ ਵਿੱਚ ਹੁਣ ਕੋਈ ਨਵਾਂ ਅਪਡੇਟ ਕੀ ਹੈ ਜੀ? ਕਿਉਂਕਿ ਅਦਾਲਤ ਨੇ ਜਿਹੜੀ ਉੱਥੇ ਚਾਰਜਸ਼ੀਟ ਫਾਈਲ ਹੋਈ ਸੀ ਉਸ ਦੇ ਵਿੱਚ ਸੁਖਬੀਰ ਬਾਦਲ ਹੋਰਾਂ ਦੀ ਤਾਂ ਜ਼ਮਾਨਤ ਅਰਜ਼ੀ ਰੱਦ ਕਰਤੀ ਸੀ। ਦੇਖੋ, ਇਹਨਾਂ ਪਿਓ ਪੁੱਤ ਨੇ ਜ਼ਮਾਨਤ ਦੀ ਅਰਜ਼ੀ ਦਿੱਤੀ ਸੀ। ਪੂਰੀ ਪੁੱਛਗਿੱਛ ਤੋਂ ਬਾਅਦ, ਬਹਿਸ ਤੋਂ ਬਾਅਦ ਫਰੀਦਕੋਟ ਦੀ ਅਦਾਲਤ ਨੇ ਵੱਡੇ ਬਾਦਲ ਸਾਹਿਬ ਦੀ ਜ਼ਮਾਨਤ ਉਹਨਾਂ ਦੀ ਉਮਰ ਨੂੰ ਵੇਖਦੇ ਹੋਏ ਮਨਜ਼ੂਰ ਕਰ ਲਈ ਸੀ। 95 ਸਾਲ ਦੀ ਉਮਰ ਦੇ ਬੰਦੇ ਦੀ ਜ਼ਮਾਨਤ ਹੋ ਹੀ ਜਾਣੀ ਸੀ। ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਹੋ ਜਾਣੀ ਹੈ। ਸੁਖਬੀਰ ਸਿੰਘ ਬਾਦਲ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ ਜੀ। ਉਹਦੇ ਤੋਂ ਬਾਅਦ ਉਹਨਾਂ ਨੇ ਹਾਈਕੋਰਟ ਚ ਅਰਜ਼ੀ ਦਿੱਤੀ ਆ, ਭਰ ਕੇ ਉਹਦੀ ਬਹਿਸ ਸੁਣੀ, ਵੇਖੀ ਜਾਓ। ਇਹਦੇ ਦੌਰਾਨ ਇੱਕ SSP ਨੇ ਅਰਜ਼ੀ ਦਿੱਤੀ ਸੀ ਜ਼ਮਾਨਤ ਦੀ, ਉਹਦੀ ਰੱਦ ਹੋ ਗਈ, ਉਹ ਵੀ ਹਾਈਕੋਰਟ ਜਾਊਗਾ। ਫਿਰ ਬਾਅਦ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸੁਮੇਧ ਸਿੰਘ ਸੈਣੀ ਨੇ ਤੇ IG ਪਰਮਰਾਜ ਸਿੰਘ ਉਮਰਾ ਨੰਗਲ ਨੇ ਆਪੋ ਆਪਣੀ ਜ਼ਮਾਨਤ ਦੀ ਅਰਜ਼ੀ ਦਿੱਤੀ ਜੀ। ਉਹਨਾਂ ਅਰਜ਼ੀਆਂ ਦੇ ਉੱਤੇ ਬਹਿਸ ਹੋ ਗਈ ਆ ਤੇ ਅੱਜ ਅਦਾਲਤ ਨੇ ਦੋਵਾਂ ਅਰਜ਼ੀਆਂ ਦਾ ਜ਼ਮਾਨਤ ਦੇਣੀ ਕਿ ਨਹੀਂ ਦੇਣੀ ਇਹ ਫੈਸਲਾ ਰਾਖਵਾਂ ਰੱਖ ਲਿਆ। ਕੱਲ ਪਰਸੋਂ ਪਤਾ ਨੀ ਕਦੋਂ ਅਨਾਊਂਸ ਕਰੇ ਅਦਾਲਤ ਜੀ। ਜੱਜ ਦੀ ਮਰਜ਼ੀ ਤੇ ਹੁੰਦਾ, ਜੱਜ ਚਾਹਵੇ ਤੇ ਖੜੇ ਪੈਰ ਹਾਂ ਜਾਂ ਨਾ ਕਰ ਸਕਦਾ, ਨਾ ਹੋਵੇ ਤੇ ਜੱਜ ਦੀ ਮਰਜ਼ੀ ਤੇ ਉਹ 2-4-5 ਦਿਨ ਇਸ ਗੱਲ ਤੇ ਲਾ ਸਕਦਾ ਕਿ ਮੈਂ ਸੋਚਦਾ ਪਿਆ ਕੀ ਕਰਨਾ ਕੀ ਨਹੀਂ ਕਰਨਾ। ਹੋ ਸਕਦਾ ਇਸ ਮਸਲੇ ਚ ਉਹਨੇ ਕੁਝ ਹੋਰ ਕਾਨੂੰਨ ਵਾਲੇ ਮਸਲੇ ਵੀ ਵੇਖਣੇ ਹੋਣ, ਕਿਤਾਬਾਂ ਵੀ ਖੋਲਣੀਆਂ ਹੋਣ, ਕੁਝ ਆਪਣੇ ਤੋਂ ਕਿਸੇ ਸੀਨੀਅਰ ਨਾਲ ਗੱਲ ਕਰਨੀ ਵੀ ਹੋ ਸਕਦੀ ਆ। ਸੀਨੀਅਰ ਕੋਈ ਜੱਜ ਵੀ ਹੋ ਸਕਦਾ, ਸੀਨੀਅਰ ਕੋਈ ਵਕੀਲ ਵੀ ਹੋ ਸਕਦਾ। ਇਸ ਕਰਕੇ ਉਹਨਾਂ ਨੇ ਹਾਲ ਦੀ ਘੜੀ ਇਹ ਮਸਲਾ ਰਿਜ਼ਰਵ ਰੱਖਿਆ। ਬਾਦਲ ਸਾਹਿਬ ਦੀ ਬਾਦਲ ਪਿਓਪੁੱਤ ਦੀ ਜ਼ਮਾਨਤ ਦਾ ਫੈਸਲਾ ਦੇਣ ਲੱਗਿਆ ਵੀ ਪਹਿਲੇ ਦਿਨ ਰਿਜ਼ਰਵ ਰੱਖ ਲਿਆ ਸੀ, ਦੂਜੇ ਦਿਨ ਕਹਿੰਦੇ ਸੀ ਜੱਜ ਸਾਹਿਬ ਫੈਸਲਾ ਲਿਖਾ ਰਹੇ, ਸ਼ਾਮ ਤੱਕ ਲੱਗੇ ਰਹੇ, ਸ਼ਾਮ ਨੂੰ ਫਿਰ ਰਿਜ਼ਰਵ ਰੱਖ ਲਿਆ ਤੇ ਤੀਜੇ ਦਿਨ ਦਿੱਤਾ ਸੀ। ਹੁਣ ਵੀ ਇਹ ਗੱਲ ਹੋ ਸਕਦੀ ਹੈ ਕਿ ਇਹਦੇ ਉੱਤੇ 2-3 ਦਿਨ ਲੱਗ ਜਾਣ, ਇੱਕਦਮ ਫੈਸਲਾ ਹੋਣ ਦੀ ਗੁੰਜਾਇਸ਼ ਨਹੀਂ। ਦੂਸਰੇ ਪਾਸੇ ਜਿਹੜੀ ਵਿਸ਼ੇਸ਼ ਜਾਂਚ ਟੀਮ ਹੈ SIT, ਉਹ ਪੂਰੀ ਤਿਆਰੀ ਚ ਆ ਕਿ ਕੋਟਕਪੂਰਾ ਤੋਂ ਬਾਅਦ ਹੁਣ ਬਹਿਬਲ ਕਲਾਂ ਦਾ ਚਲਾਣ ਵੀ ਪੇਸ਼ ਕਰ ਦੇਵੇ। ਬਹਿਬਲ ਕਲਾਂ ਦਾ ਗੋਲੀਕਾਂਡ ਵੱਖਰਾ ਸੀ, ਕੋਟਕਪੂਰੇ ਦਾ ਵੱਖਰਾ ਸੀ। ਇਹਦੇ ਦੌਰਾਨ ਇੱਕ ਚਲਾਣ ਹੋਰ SIT ਪੇਸ਼ ਕਰ ਚੁੱਕੀ ਹੈ, ਜਿਹੜਾ ਕੋਟਕਪੂਰੇ ਦੇ ਗੋਲੀਕਾਂਡ ਤੋਂ ਬਾਅਦ ਪੁਲਿਸ ਨੇ ਕ੍ਰਾਸ ਕੇਸ ਬਣਾਇਆ ਸੀ ਕਿ ਸੰਗਤ ਨੇ ਸਾਡੇ ਉੱਤੇ ਹਮਲਾ ਕੀਤਾ ਜੀ। ਉਹਦੀ ਪੜਤਾਲ ਕਰਕੇ SIT ਚਾਰਜਸ਼ੀਟ ਪੇਸ਼ ਕਰ ਚੁੱਕੀ ਹੈ ਕਿ ਸੰਗਤ ਨੇ ਕੋਈ ਹਮਲਾ ਕੀਤਾ ਹੀ ਨਹੀਂ ਸੀ, ਪੁਲਿਸ ਨੇ ਗੋਲੀ ਚਲਾ ਕੇ ਬੰਦੇ ਮਾਰਨ ਤੋਂ ਬਾਅਦ ਆਪਣੇ ਬਚਾਅ ਵਾਸਤੇ ਉਹ ਝੂਠਾ ਪਰਚਾ ਦਰਜ ਕੀਤਾ ਸੀ ਜੀ। ਯਾਨੀ ਜਿਹੜੇ ਜਿਨ੍ਹਾਂ ਦੀ ਹੁਣ ਜ਼ਮਾਨਤ ਹੋ ਵੀ ਗਈ ਹੈ ਉਹਨਾਂ ਨੂੰ ਇਹਦੇ ਤੋਂ ਬਾਅਦ ਝੂਠੇ ਪਰਚੇ ਵਾਲੇ ਕੇਸ ਵਿੱਚ ਫਿਰ ਜ਼ਮਾਨਤਾਂ ਕਰਾਉਣੀਆਂ ਪੈਣੀਆਂ। ਉਹਦੇ ਵਿੱਚ ਬਾਦਲ ਪਿਓ ਪੁੱਤ ਨਹੀਂ ਹੋਣਗੇ, ਪੁਲਿਸ ਅਫਸਰ ਸਾਰੇ ਉਹਦੇ ਵਿੱਚ ਵੀ ਆਉਣਗੇ, ਪਰ ਉਹਨੇ ਚਿਰ ਨੂੰ ਜਦੋਂ ਬਹਿਬਲ ਕਲਾਂ ਦਾ ਪਰਚਾ ਆ ਗਿਆ ਤੇ ਬਾਦਲ ਪਿਓ ਪੁੱਤ ਫਿਰ ਉਹ ਚ ਹੋਣਗੇ। ਜਦ ਤੱਕ ਇਹਨਾਂ ਨੇ ਹਾਈਕੋਰਟ ਤੋਂ ਜਾ ਕੇ ਜ਼ਮਾਨਤ ਕਰਾਉਣੀ ਹੈ ਉਹਨੇ ਚਿਰ ਨੂੰ ਬਹਿਬਲ ਕਲਾਂ ਵਾਲਾ ਕੇਸ ਵੀ ਸਾਹਮਣੇ ਆ ਸਕਦਾ ਜੀ। ਤੇ ਜੀ ਉਧਰ ਫਿਰ ਕਾਂਗਰਸੀਆਂ ਨੂੰ ਵੀ ਜ਼ਮਾਨਤਾਂ ਵਗੈਰਾ ਕਰਾਉਣ ਦਾ ਸੋਚਣਾ ਪਊਗਾ ਜੀ, ਕਈਆਂ ਤੋਂ ਪੁੱਛਗਿੱਛ ਹੋ ਰਹੀ ਹੈ। ਦੇਖੋ, ਕਾਂਗਰਸੀਆਂ ਤੋਂ ਪੁੱਛਗਿੱਛ ਹੋ ਰਹੀ ਹੈ, ਸਾਬਕਾ ਮੰਤਰੀਆਂ ਤੋਂ, ਸਾਬਕਾ ਵਿਧਾਇਕਾਂ ਤੋਂ। ਤੁਹਾਨੂੰ ਪਤਾ ਹੀ ਇੱਕ ਜਦੋਂ ਦੀ ਸਰਕਾਰ ਬਦਲੀ ਆ, ਵਿਜੀਲੈਂਸ ਕਾਫੀ ਤੇਜ਼ੀ ਨਾਲ ਕੰਮ ਕਰਦੀ ਪਈ ਆ ਜੀ। ਇਹਨਾਂ ਨੇ ਪਹਿਲੇ ਹੱਲੇ ਦੇ ਵਿੱਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਫੜ ਲਿਆ ਸੀ। ਸਾਧੂ ਸਿੰਘ ਧਰਮਸੋਤ ਜਦੋਂ ਸਰਕਾਰ ਚੱਲਦੀ ਸੀ ਉਦੋਂ ਵੀ ਬਹੁਤ ਬਦਨਾਮ ਸੀ, ਉਹ ਤਾਂ ਚਰਚਿਆਂ ਵਿੱਚ ਉਦੋਂ ਦਾ ਰਿਹਾ ਜਦੋਂ ਅਜੇ MLA ਹੁੰਦਾ ਸੀ ਤੇ ਮੁੱਖ ਮੰਤਰੀ ਬਿਆਨ ਸਿੰਘ ਦੀ ਸਰਕਾਰ ਸੀ, ਕਦੇ ਕੋਈ ਮੌਕਾ ਉਹਨੇ ਗਵਾਇਆ ਹੀ ਨਹੀਂ, ਹਮੇਸ਼ਾ ਤੋਂ ਚਰਚਾ ਵਿੱਚ ਰਿਹਾ। ਦੂਸਰਾ ਪੱਖ ਇਹ ਆ ਕਿ ਉਹਦੇ ਬਾਅਦ ਜਿੰਨੇ ਕੁ ਸਕੈਂਡਲ ਹੋਏ, ਖਾਸ ਕਰਕੇ ਉਹ ਸੂਚੀ ਦਰਜ ਜਾਤੀ ਵਾਲੇ ਬੱਚਿਆਂ ਦਾ, ਮੁੰਡੇ ਕੁੜੀਆਂ ਦਾ ਕਾਲਜਾਂ ਤੇ ਸਕੂਲਾਂ ਦਾ ਵਜ਼ੀਫਾ ਖਾਣ ਵਾਲਾ ਚੱਕਰ, ਅਮਰਿੰਦਰ ਸਿੰਘ ਦੀ ਸਰਕਾਰ ਚੱਲਦੀ ਤੋਂ ਹੀ ਇੱਕ ਬੜੇ ਸੀਨੀਅਰ ਪ੍ਰਿੰਸੀਪਲ ਸੈਕਟਰੀ ਨੇ ਉਹਦੇ ਖਿਲਾਫ਼ ਰਿਪੋਰਟ ਦੇ ਦਿੱਤੀ ਸੀ, ਰੌਲਾ ਉਹ ਵੀ ਪੈ ਗਿਆ ਸੀ, ਜੰਗਲਾਤ ਦੇ ਘਪੜੇ ਚ ਵੀ ਉਹਦਾ ਨਾਂ ਆ ਗਿਆ। ਸਰਕਾਰ ਬਦਲੀ ਤੇ ਵਿਜੀਲੈਂਸ ਨੇ ਫੜ ਲਿਆ, ਇੱਕ ਪਿੱਛੋਂ ਦੂਜੇ ਕੇਸ ਮੁੜ ਮੁੜ ਕੇ ਫੜਦੇ ਰਿਹਾ ਸੀ। ਇਸ ਤੋਂ ਬਾਅਦ ਫਿਰ ਹੋਰ ਕਈਆਂ ਨੂੰ ਫੜਦੇ ਰਹੇ ਤੇ ਫਿਰ ਜਿਹੜਾ ਹੁਸ਼ਿਆਰਪੁਰ ਵਾਲਾ ਮੰਤਰੀ ਸੀ ਸੁੰਦਰ ਸ਼ਾਮ ਅਰੋੜਾ, ਉਹ ਆਪ ਹੀ ਫਸ ਗਿਆ। ਉਹਦੇ ਸ਼ਹਿਰ ਦਾ ਇੱਕ AIG ਸੀਗਾ ਵਿਜੀਲੈਂਸ ਦੇ ਵਿੱਚ, ਉਹਦੇ ਘਰ ਚਲਾ ਗਿਆ ਤੇ ਸਾਰੇ ਕੰਮ ਅਸੀਂ ਵੀ ਮੰਤਰੀ ਰਹੇ ਹਾਂ, ਪੈਸੇ ਪੁਸੇ ਨਾਲ ਹੀ ਹੁੰਦੇ ਆ ਤੇ 1 ਕਰੋੜ ਰੁਪਇਆ ਤੁਹਾਨੂੰ ਦੇ ਦਿੰਦੇ ਹਾਂ ਤੇ ਤੁਸੀਂ ਬਚਾ ਕਰੋ। ਉਹ ਉੱਥੇ ਚੁੱਪ ਕਰ ਰਿਹਾ, ਉਹਨੇ ਆਪਣੇ ਅਫਸਰਾਂ ਨੂੰ ਆਖਿਆ ਜੀ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਆਇਆ ਸੀ ਤੇ ਆਹ ਪੇਸ਼ਕਸ਼ ਕਰਦਾ ਸੀ ਤੇ ਆਹ ਕੁਛ ਕਹਿ ਗਿਆ। ਰਿਕਾਰਡ ਵੀ ਸ਼ਾਇਦ ਉਹਦੇ ਕੋਲ ਸੀਗੇ, ਅਫਸਰਾਂ ਨੇ ਆਖਿਆ ਤੂੰ ਉਹ ਤੋਂ ਪੈਸੇ ਲੈਣੇ ਕਰ ਤੇ ਟਰੈਪ ਲਾ ਕੇ ਫੜ ਲੈਂਦੇ ਆ।
ਜਦੋਂ ਅਗਲੇ ਦਿਨ ਉਹ ਪੈਸੇ ਲੈ ਕੇ ਆਇਆ ਤੇ ਉਹਨੇ ਆ ਕੇ ਆਖਿਆ ਜੀ ਮੈਂ ਤੇ ਤੁਹਾਡੇ ਘਰ ਆਇਆ ਸਾਂ, ਇਹਨੇ ਆਖਿਆ ਘਰ ਤੇ ਮੈਂ ਨੀ, ਮੈਂ ਫਲਾਣੇ ਸ਼ਾਪਿੰਗ ਮਾਲ ਚ, ਤੁਸੀਂ ਉੱਥੇ ਆ ਜਾਓ। ਉਹ ਉੱਥੇ ਚਲਾ ਗਿਆ, ਉੱਥੇ ਜਾ ਕੇ ਵੇਖਣ ਲੱਗੇ ਤੇ ਉਹਨੇ ਆਖਿਆ ਆ ਜਾਓ ਮੇਰੀ ਗੱਡੀ ਚ ਆ ਜਾਓ। ਇਹ ਪੈਸਿਆਂ ਦਾ 50 ਲੱਖ ਦਾ ਟੈਕਸੀ ਭਰਿਆ ਉਹਦੇ ਕੋਲ ਲੈ ਗਿਆ, ਨਾਲ ਨੋਟ ਗਿਣਨ ਵਾਲੀ ਮਸ਼ੀਨ ਲੈ ਗਿਆ। ਜਦੋਂ ਸਾਰਾ ਕੁਝ ਉੱਥੇ ਹੋ ਗਿਆ ਤੇ ਘੇਰਾ ਪਾ ਕੇ ਵਿਜੀਲੈਂਸ ਵਾਲੇ ਖੜੇ ਸੀ, ਉਹਨਾਂ ਨੇ ਆ ਕੇ ਬਾਹੋਂ ਫੜ ਲਿਆ, ਆਓ ਜੀ ਚੱਲੀਏ। ਇਹ ਉਹਦੇ ਚ ਫਿਰ ਫਸ ਗਿਆ। ਹੁਣ ਉਹਦਾ ਕੇਸ ਵੱਖਰਾ ਸੀ। ਏਦਾਂ ਹੀ ਇੱਕ ਪਿੱਛੋਂ ਦੂਸਰਾ ਕਈ ਫਸਦੇ ਗਏ। ਗੁਰਪ੍ਰੀਤ ਸਿੰਘ ਕਾਂਗੜ ਦੇ ਖਿਲਾਫ਼ ਵੀ ਸਾਬਕਾ ਮੰਤਰੀ ਖਿਲਾਫ਼ ਇਨਕੁਆਇਰੀ ਹੁੰਦੀ ਹੈ ਜੀ, ਬੜਾ ਸੀਨੀਅਰ ਸਾਬਕਾ ਮੰਤਰੀ ਹੈ ਬ੍ਰਹਮ ਮਹਿੰਦਰਾ, ਉਹਦੇ ਖਿਲਾਫ਼ ਤੇ ਉਹਦੇ ਮੁੰਡੇ ਦੇ ਖਿਲਾਫ਼ ਇਨਕੁਆਇਰੀ ਹੁੰਦੀ ਹੈ। ਪਿਛਲੀ ਸਰਕਾਰ ਦਾ ਸਾਬਕਾ ਡਿਪਟੀ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਅੰਮ੍ਰਿਤਸਰ ਚ ਬੜਾ ਧੜੱਲੇਦਾਰ ਬੰਦਾ ਗਿਣਿਆ ਜਾਂਦਾ। ਉਹਦੀਆਂ ਵੀ 4-5 ਪੇਸ਼ੀਆਂ ਹੋ ਗਈਆਂ, ਕਦੇ ਉਹ ਕਦੇ ਉਹਦੇ ਘਰ ਦੇ ਜੀ ਵਾਰੀ ਵਾਰੀ ਜਾ ਕੇ ਪੇਸ਼ੀਆਂ ਭਰਦੇ ਆ, ਉਹ ਕਹਿ ਦਿੰਦਾ ਮੈਂ ਬਿਮਾਰ ਆ। ਏਦਾਂ ਕਈਆਂ ਹੋਰਨਾਂ ਦੀ ਵੀ ਪੁੱਛਗਿੱਛ ਹੁੰਦੀ ਆ। ਹੁਣ ਇੱਥੇ ਲੁਧਿਆਣੇ ਜ਼ਿਲ੍ਹੇ ਚ ਸਾਬਕਾ MLA ਆ ਕੁਲਦੀਪ ਸਿੰਘ ਵੈਦ ਜੀ, ਇਹ ਪਹਿਲਾਂ IAS ਅਫਸਰ ਹੁੰਦਾ ਸੀ, ਫਿਰ ਡਿਪਟੀ ਕਮਿਸ਼ਨਰ ਸੀਗਾ, ਉੱਥੋਂ ਛੱਡ ਕੇ ਆ ਕੇ ਚੋਣ ਲੜੀ MLA ਬਣ ਗਿਆ। ਹੁਣ ਉਹ ਇਸ ਵਾਰੀ ਹਾਰ ਗਿਆ, ਉਹਦੇ ਖਿਲਾਫ਼ ਵੀ ਪੁੱਛਗਿੱਛ ਹੁੰਦੀ ਪਈ ਆ। ਵਿਜੀਲੈਂਸ ਨੇ 2 ਵਾਰੀ ਤਾਂ ਸੱਦ ਲਿਆ, ਉਹਦੇ ਘਰ ਦੀ ਵੀ ਤਲਾਸ਼ੀ ਲਈ ਆ, ਇੱਕ ਇੱਕ ਚੀਜ਼ ਦੀਆਂ ਲਿਸਟਾਂ ਬਣਾਈਆਂ, ਕੰਧਾਂ ਵੀ ਮਿਲ ਲਈਆਂ ਵੀ ਇੱਥੇ ਕਿੰਨਾ ਕੁ ਖਰਚਾ ਆਇਆ ਤੇ ਕੀ ਕੁਛ ਕੀਤਾ। ਮਾਮਲਾ ਉਹਦਾ ਵੀ ਸੀਰੀਅਸ ਜਾਪਦਾ ਜੀ। ਅੱਗੋਂ 5-6 ਹੋਰਨਾਂ ਦੇ ਬਾਰੇ ਚ ਵੀ ਚਰਚਾ ਚੱਲਦੀ ਪਈ ਆ। ਉਹ ਜਿਹੜਾ ਮਦਨ ਲਾਲ ਜਲਾਲਪੁਰ ਆ ਉਹਦੇ ਖਿਲਾਫ਼, ਹਰਦਿਆਲ ਸਿੰਘ ਕੰਬੋਜ ਦੇ ਖਿਲਾਫ਼, ਇੱਦਾਂ ਕਈਆਂ ਦੇ ਖਿਲਾਫ਼ ਕੇਸ ਕੁਛ ਜੇ ਚੱਲਦੇ ਪਏ ਆ। ਪਤਾ ਨੀ ਕਿੱਥੋਂ ਕਿੱਥੋਂ ਤੱਕ ਗੱਲ ਜਾਣੀ ਆ। 3 ਅਕਾਲੀ ਸਾਬਕਾ ਮੰਤਰੀਆਂ ਦੇ ਖਿਲਾਫ਼ ਵੀ, ਹਾਲਾਂਕਿ ਉਹ 2017 ਤੋਂ ਪਹਿਲਾਂ ਮੰਤਰੀ ਹੁੰਦੇ ਸਨ, ਪਰ ਉਹਨਾਂ ਦੇ ਕੇਸ ਪੈਂਡਿੰਗ ਸੀ। ਪਿਛਲੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਦੀ, ਉਹਨਾਂ ਨੇ ਆਪਣੇ ਵਕਤ ਵਿਜੀਲੈਂਸ ਤੋਂ ਉਹਨਾਂ ਨੂੰ ਕਲੀਨ ਚਿੱਟ ਦਵਾ ਦਿੱਤੀ ਸੀ। ਨਵੀਂ ਸਰਕਾਰ ਨੇ ਉਹ ਪੁਰਾਣਾ ਕੇਸ ਫੋੜ ਲਿਆ ਉਹਨਾਂ ਦਾ ਵੀ, ਤੇ ਨਾਲ ਉਹਨਾਂ ਅਫਸਰਾਂ ਦੇ ਖਿਲਾਫ਼ ਕਾਰਵਾਈ ਸ਼ੁਰੂ ਕਰਤੀ ਜਿਹੜੇ ਅਫਸਰਾਂ ਨੇ ਕਲੀਨ ਚਿੱਟ ਦਿੱਤੀ ਸੀ। ਤੇ ਤੁਸੀਂ ਕਿਹੜੇ ਬੇਸ ਦੇ ਉੱਤੇ ਕਲੀਨ ਚਿੱਟ ਦੇ ਦਿੱਤੀ ਹੈ, ਉਹ ਹੁਣ ਉਹ ਵੀ ਉਹਦੇ ਵਿੱਚ ਫਸਣ ਲੱਗੇ ਆ। ਹੁਣ ਇਹ ਸਾਰਾ ਚੱਕਰ ਬਹੁਤ ਲੰਮਾ ਹੈ, ਤੇ ਜਿਹੜੇ ਕਾਂਗਰਸ ਦੇ ਸਾਬਕਾ ਮੰਤਰੀ ਇਹ ਚ ਫਸਦੇ ਜਾਂਦੇ ਆ, ਉਹ ਤਾਂ ਫਸਣੇ ਫਸਣੇ ਆ। ਇਸ ਵੇਲੇ ਚਿੰਤਾ ਬਲਕਿ ਦੂਸਰਿਆਂ ਨੂੰ ਬਹੁਤ ਹੋ ਰਹੀ ਆ। ਜਿਹੜੇ ਮਤਲਬ ਅਕਾਲੀ ਦਲ ਦੇ ਸਾਬਕਾ ਮੰਤਰੀ ਹੁੰਦੇ ਸੀ, ਫਿਕਰਾਂ ਚ ਉਹ ਵੀ ਪਏ ਨੇ ਜੀ। ਪੰਨ ਸਾਹਿਬ, ਆਪਾਂ ਦਿੱਲੀ ਦੀ ਗੱਲ ਕਰ ਲਈਏ ਤਾਂ ਰਾਹੁਲ ਗਾਂਧੀ ਹੋਰਾਂ ਨੂੰ ਅੰਦਰ ਬੋਲਣ ਨਹੀਂ ਦਿੱਤਾ ਜਾ ਰਿਹਾ, ਬਾਹਰ ਜੋ ਕੁਛ ਬੋਲ ਕੇ ਆਏ ਆ ਉਹਦੇ ਤੇ ਕਹਿੰਦੇ ਮਾਫ਼ੀ ਮੰਗਣ। ਦੇਖੋ, ਰਾਹੁਲ ਗਾਂਧੀ ਗਿਆ ਸੀ ਉੱਥੇ ਕੈਨੇਡਾ ਇੰਗਲੈਂਡ ਦੇ ਵਿੱਚ, ਉੱਥੇ ਆਕਸਫੋਰਡ ਯੂਨੀਵਰਸਿਟੀ ਚ ਬੋਲਿਆ। ਉਹਨੇ ਆਖਿਆ ਜੀ ਸਾਡੇ ਦੇਸ਼ ਦੇ ਵਿੱਚ ਲੋਕਤੰਤਰ ਨੂੰ ਖਤਰਾ, ਲੋਕਤੰਤਰੀ ਰਵਾਇਤਾਂ ਟੁੱਟ ਰਹੀਆਂ ਨੇ, ਪਾਰਲੀਮੈਂਟ ਦੇ ਵਿੱਚ ਬੋਲਣ ਲੱਗਿਆ ਮਾਈਕ ਬੰਦ ਕਰ ਦਿੱਤੇ ਜਾਂਦੇ ਆ, ਜੋ ਕੁਝ ਉਹਨੇ ਬੋਲਣਾ ਸੀ ਬੋਲ ਦਿੱਤਾ, ਉੱਥੇ ਇੱਥੇ ਰੌਲਾ ਪੈ ਗਿਆ। ਪਹਿਲਾਂ ਵੀ ਉਹਦੇ ਖਿਲਾਫ਼ ਮੁਹਿੰਮ ਲਗਾਤਾਰ ਚੱਲਦੀ ਰਹਿੰਦੀ ਸੀ। RSS ਨੇ ਤੇ ਦੂਜਿਆਂ ਨੇ ਉੱਥੇ ਕਈ ਕੇਸ ਦਰਜ ਕਰਾਏ ਆ। ਇੱਕ ਕੇਸ ਦੀ ਪੇਸ਼ੀ ਮਹਾਰਾਸ਼ਟਰ ਚ ਹੁੰਦੀ, ਦੂਸਰੇ ਦੀ ਜਾ ਕੇ ਗੁਜਰਾਤ ਚ ਹੁੰਦੀ, ਤੀਸਰਾ ਆਸਾਮ ਚ ਬਣ ਜਾਂਦਾ, ਚੌਥਾ ਕਿਤੇ ਇੱਥੇ ਮੱਧ ਪ੍ਰਦੇਸ਼ ਚ ਬਣ ਜਾਂਦਾ, ਅਗੜ ਪਿੱਛੜ ਉਹਨੂੰ ਭਜਾਈ ਫਿਰਦੇ ਰਹਿੰਦੇ ਆ। ਉਹਦੇ ਵਿੱਚ ਵੀ ਆ ਹੁਣ ਜਿਹੜਾ ਆ ਤਾਜ਼ਾ ਮਾਮਲਾ, ਇਸ ਮਾਮਲੇ ਦੇ ਵਿੱਚ ਉਹਦੇ ਖਿਲਾਫ਼ ਜਿੱਦਾਂ ਦੀ ਕਾਰਵਾਈ ਚੱਲਦੀ ਪਈ ਆ, ਉਹ ਹੁਣ ਕਹਿੰਦਾ ਕਿ ਮੇਰੇ ਤੋਂ ਤੁਸੀਂ ਇੱਕੋ ਗੱਲ ਆਖੀ, ਇਹਨੇ ਮਾਫ਼ੀ ਮੰਗੇ, ਮੈਂ ਕੀ ਗਲਤ ਕੀਤਾ, ਮੈਂ ਗਲਤ ਕੀਤਾ ਕੁਛ ਨੀ, ਮਾਫ਼ੀ ਕਾਹਦੀ ਮੰਗਾਂ। ਹੁਣ ਉਹਨੇ ਇਹ ਆਖਿਆ ਸਪੀਕਰ ਨੂੰ ਮਿਲ ਕੇ ਤੇ ਤੁਸੀਂ ਮੈਨੂੰ ਬੋਲਣ ਦਾ ਮੌਕਾ ਤੇ ਦਿਓ, ਮੈਂ ਪਾਰਲੀਮੈਂਟ ਚ ਬੋਲਾਂ, ਆਪਣੀ ਸਫਾਈ ਜੋ ਮੈਂ ਕਹਿਣਾ ਕਹਿ ਦੂ। ਉਹਨਾਂ ਕਹਿਤਾ ਜੀ ਰੂਲਸ ਦੇ ਮੁਤਾਬਕ ਤੈਨੂੰ ਬੋਲਣ ਦਾ ਮੌਕਾ ਨੀ ਮਿਲ ਸਕਦਾ। ਪਾਰਲੀਮੈਂਟ ਦੀਆਂ ਅੱਡ ਅੱਡ ਸਟੈਂਡਿੰਗ ਕਮੇਟੀਆਂ ਬਣੀਆਂ ਹੁੰਦੀਆਂ, ਇੱਕ ਕਮੇਟੀ ਜਿਹੜੀ ਚ ਉਹ ਖੁਦ ਮੈਂਬਰ ਦੇ ਤੌਰ ਤੇ ਸ਼ਾਮਿਲ ਹੈ, ਉਸ ਕਮੇਟੀ ਚ ਉਹ ਗਿਆ, ਉੱਥੇ ਉਹਨੇ ਬੋਲਣ ਦੀ ਕੋਸ਼ਿਸ਼ ਕੀਤੀ ਤੇ ਭਾਜਪਾ ਦੇ ਮੈਂਬਰ ਵੱਧ ਬੈਠੇ ਸੀ, ਉਹ ਸਾਰੇ ਇਹਨੂੰ ਪੈ ਗਏ ਜੀ, ਜਿਹੜੀ ਤੂੰ ਮੈਂ ਹੋ ਗਈ, ਉਹਨਾਂ ਨੇ ਇਹਨੂੰ ਬੋਲਣ ਨੀ ਦਿੱਤਾ, ਫਜ਼ਲ ਕੀਤਾ। ਉਹ ਕਹਿੰਦਾ ਮੈਨੂੰ ਪਾਰਲੀਮੈਂਟ ਚ ਬੋਲਣ ਦਿਓ, ਇਹ ਕਹਿੰਦੇ ਬੋਲਣ ਨੀ ਦੇਣਾ, ਜੇ ਬੋਲਣਾ ਦੇਣਗੇ ਤੇ ਕੀ ਹੋਵੇਗਾ, ਕਹਿੰਦੇ ਜਿਹਦੇ ਖਿਲਾਫ਼ ਮਤਾ ਲਿਆਵਾਂਗੇ ਕਿ ਦੇਸ਼ ਤੋਂ ਬਾਹਰ ਜਾ ਕੇ ਦੇਸ਼ ਦੀ ਬਦਨਾਮੀ ਕੀਤੀ ਹੈ ਜੀ, ਇਹਨੂੰ ਪਾਰਲੀਮੈਂਟ ਚੋਂ ਕੱਢ ਦਿੱਤਾ ਜਾਵੇ। ਜਿਹਦੇ ਕੋਲ ਬਹੁਤ ਸਹਿਮਤੀ ਹੋਵੇ ਕੱਢ ਸਕਦਾ, ਇਹ ਕਿਹੜਾ ਔਖਾ ਕੰਮ ਹੈ। ਮੁਰਾਰਜੀ ਦੇਸਾਈ ਦੀ ਸਰਕਾਰ ਵੇਲੇ ਏਦਾਂ ਦਾ ਇੱਕ ਮਸਲਾ ਚੁੱਕ ਕੇ ਤੇ ਇਹਦੀ ਰਾਹੁਲ ਗਾਂਧੀ ਦੀ ਦਾਦੀ ਇੰਦਰਾ ਗਾਂਧੀ ਨੂੰ ਵੀ ਪਾਰਲੀਮੈਂਟ ਚੋਂ ਡਿਸਮਿਸ ਕੀਤਾ ਗਿਆ ਸੀ, ਕੱਢ ਦਿੱਤਾ ਗਿਆ ਸੀ, ਉਹਦੀ ਸੀਟ ਖੋਲੀ ਸੀ।
छिया महीनिया तो पहला एक सीट की उप चोण हुई करनाटका की चिकमंगलूर सीट तो जाके उन्हें चोन लड़ी जीत के फिर आ गई थी उतो जीत के जो दोबारा आई तो फिर उन्हें इना कम किया कि साल के अंदर अंदर इन्हें सरकार ने डेगती सी मुरारजी देसाई तो बाद चौधरी चरण सिंह आया वह भी सरकार उन्हें चलन नहीं दी फिर प्रधानमंत्री बन गई सी हूं इना कुछ ही उदो होया इस वे राहुल गांधी जे फर्ज करो पार्लीमेंट चो कट भी देंगे तो किसी हल्के च जाके इन्हों का विक्टिम इन्हों का पीड़ित बन के पेश होगा लोगों को फिर वोटा लेके आ जाएगा। मेरा ख्याल ये अकलमंदी नहीं उसके उत्ते दोष की लाते हैं कि उन्हें बाहर जाके आख्या कि देश के लोकतंत्र का घाण हो रहा। दूजा मुद्दा यह है कि उन्हें फरवरी च उत्थे जम्मू कश्मीर च आख्या कि इतने बहुत सारिया औरतों मिलिया जिड़िया कि सरना रेप हो रहा उन्होंने सुनवाई नहीं होंगी क्या मैं उन्होंने आख्या तो पुलिस ने दसिया तो कहते अं डरदिया दसदिया नहीं हूं दिल्ली के आके उतों की पुलिस उसके बयान लैन पहुंच गई कि तू दस औरतें कौन सी वो कहना इन्नी पब्लिक मिल गया मैनू की पता उन्होंने ना की से उन्होंने सर ने दसिया मैं सुनी गया जो अपने ना दसना नहीं चाहती मैं उन्होंने पूछ के दस सकता कहने ये भी तुम दसना पो इदा के कई मुद्दे वे खिलाफ चुक रहे ये तो पहला भी कई बार यहोजे मुद्दे उठते रहे अटल बिहारी वाजपेयी 13 दिन का सबका प्रधानमंत्री से जो उन्हें मध्य प्रदेश जाके आख्या एक औरत कांग्रेसी गुंडिया ने बलात्कार किया और लड़की स्टेज से पेश करती उदो भी रौला पिया बलात्कार की पीड़ित स्टेज से पेश नहीं किया जा सकता तो यह क्यों किया पर वाजपेयी के खिलाफ कोई कार्रवाई नहीं हुई हूं इदा मुद्दे चुक के सियासी पक्ष तो उन्होंने मुद्दे का लाभ लैन की जी कोशिश की जा रही है उस राहुल इस वे कारनर किया जा रहा पता नहीं यह किन्ने कामयाब होने बच के निकलता कि नहीं यह समा दसेगा। ਪੰਜਾਬ ਵਨ ਰੈਂਕ ਵਨ ਪੈਨਸ਼ਨ ਦਾ ਮਾਮਲਾ ਬੜੀ ਦੇਰ ਤੋਂ ਚੱਲੀ ਜਾਂਦਾ ਜੀ ਉਹਦਾ ਕੋਈ ਨਿਕਲਿਆ ਹੱਲ ਜਾਂ ਉਵੇਂ ਚੱਲੂ ਹਲੇ ਇਹ ਮਸਲਾ ਬਹੁਤ ਚਿਰਾਂ ਤੋਂ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਤੋਂ ਵੀ ਚੱਲਦਾ ਸੀ ਜੀ 2014 ਦੀਆਂ ਪਾਰਲੀਮੈਂਟ ਚੋਣਾਂ ਵੇਲੇ ਜਦੋਂ ਨਰਿੰਦਰ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਸੀ ਤੇ ਇਹਨੇ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਸੀ ਉਦੋਂ ਇਹਨੇ ਮੁੱਦਾ ਚੁੱਕਿਆ ਸੀ ਕਿ ਜੇ ਮੈਂ ਜਿੱਤ ਗਿਆ प्रधानमंत्री बन गया तो साबका फौजिया की फौजिया की यह मंग जाते सर मैं मान लूंगा पर हूं तो 9 साल हो गए अजे तक वह मंग मनी नहीं गई वो रौला पाते उन्होंने एक बार उसे जंत्र मंत्र दिल्ली जिथे धरने रैलियां होंगे उसे जाके बहुत वड्डा धरना प्रदर्शन भी किया कई दिन चलता रहा इन्ने वड्डे धरने प्रदर्शन तो बाद सरकार ने अखीर मान लिया कि थोड़ी मंग जी मनी गई असी लागू कर देंगे मुड़के किसी ने की नहीं ए दौरान सुप्रीम कोर्ट च केस चलता सी सुप्रीम कोर्ट ने भी आख्या कि लागू करना पो सरकार अणमने जे मन गई कि लागू करेंगे फिर ना किया सुप्रीम कोर्ट ने सख्ती आख्या फलाने तरीक तक पैसे दो सबका फौजिया पेंशनों पेंशन दो और वन रैंक वन पेंशन के हिसाब न दो ਉੱਥੇ ਜਿਹੜਾ ਸੈਂਟਰ ਗਵਰਨਮੈਂਟ ਦੇ ਉੱਤੇ ਡਿਫੈਂਸ ਮਿਨਿਸਟਰੀ ਵਿੱਚ ਤੇ ਫਾਈਨੈਂਸ ਮਿਨਿਸਟਰੀ ਦੇ ਅਫਸਰ ਬੈਠੇ ਸੀ ਉਹਨਾਂ ਨੇ ਆਪਣੇ ਤੌਰ ਤੇ ਬਦਲ ਕੇ ਕਰਤਾ ਕਿ 4 ਕਿਸ਼ਤਾਂ ਹੀ ਦਿੱਤੇ ਜਾਣਗੇ ਸੁਪਰੀਮ ਕੋਰਟ ਨੇ ਫਿਰ ਸੱਦ ਲਿਆ ਜਦੋਂ ਅਸੀਂ ਆਖਿਆ ਸੀ ਇਕੱਠੇ ਦਿਓ ਤੇ ਤੁਸੀਂ 4 ਕਿਸ਼ਤਾਂ ਦੀ ਗੱਲ ਕਿੱਦਾਂ ਕਰ ਰਹੇ ਤੁਹਾਨੂੰ ਕਿੰਨੇ ਅਧਿਕਾਰ ਦਿੱਤਾ ਸੀ ਮਸਲਾ ਫਿਰ ਚੱਲ ਪਿਆ ਮੁੜ ਕੇ ਸਰਕਾਰ ਨੇ ਜਾ ਕੇ ਆਖਿਆ ਕਿ ਅਸੀਂ 3 ਕਿਸ਼ਤਾਂ ਦਿਆਂਗੇ ਇੱਕ ਆ ਜੂਨ ਦੇ ਅਖੀਰ ਤੇ ਇੱਕ ਨਵੰਬਰ ਦੇ ਅਖੀਰ ਤੇ ਇੱਕ ਅਗਲੇ ਸਾਲ 28 ਫਰਵਰੀ ਤੱਕ ਸੁਪਰੀਮ ਕੋਰਟ ਨੇ ਆਖਿਆ ਕਿਸ਼ਤਾਂ ਤੁਹਾਡੀਆਂ 3 ਮੰਨ ਲੈਂਦੇ ਹਾਂ ਪਰ ਜਿਹੜੀਆਂ ਤੁਸੀਂ ਕਹਿੰਦੇ ਉਹ ਨਹੀਂ ਜੀ ਅਪ੍ਰੈਲ ਮੁੱਕਣ ਤੱਕ ਪਹਿਲੀ ਕਿਸ਼ਤ ਜਿਹੜੀ ਉਹ ਦਿਓ ਤੇ ਉਸ ਪਹਿਲੀ ਕਿਸ਼ਤ ਵਿੱਚ ਇੱਕ ਤਾਂ ਉਹਨਾਂ ਪਰਿਵਾਰਾਂ ਨੂੰ ਦਿਓ ਜਿਹੜੇ ਪੈਨਸ਼ਨ ਨਹੀਂ ਫੈਮਿਲੀ ਪੈਨਸ਼ਨ ਲੈਂਦੇ ਆ ਜੀ ਯਾਨੀ ਜਿਹੜਾ ਬੰਦਾ ਤੁਰ ਗਿਆ ਤੇ ਉਹਦੇ ਪਰਿਵਾਰ ਨੂੰ ਪੈਨਸ਼ਨ ਮਿਲਦੀ ਹੈ ਦੂਸਰੀ ਗੱਲ ਉਹਨਾਂ ਸਾਬਕਾ ਫੌਜੀਆਂ ਨੂੰ ਦਿਓ ਜਿਹੜੇ ਗੈਲੰਟਰੀ ਅਵਾਰਡ ਵਾਲੇ ਆ ਜਿਨ੍ਹਾਂ ਨੇ ਦੇਸ਼ ਲਈ ਬਹਾਦਰੀ ਵਿਖਾਈ ਆ ਕੁਰਬਾਨੀ ਕੀਤੀ ਆ ਇਹਨਾਂ ਸਾਰਿਆਂ ਨੂੰ ਤੁਸੀਂ 30 ਅਪ੍ਰੈਲ ਤੱਕ ਦੇ ਦਿਓ ਇਸ ਤੋਂ ਬਾਅਦ ਦੂਸਰੀ ਤਰੀਕ ਵੀ ਉਹਨਾਂ ਨੇ ਦਿੱਤੀ ਉਸ ਤਰੀਕ ਤੱਕ ਸੁਪਰੀਮ ਕੋਰਟ ਨੇ ਆਖਿਆ ਕਿ ਜਿੰਨੇ ਵੀ ਪੈਨਸ਼ਨਰ 70 ਸਾਲ ਤੋਂ ਵੱਧ ਉਮਰ ਵਾਲੇ ਆ ਉਹਨਾਂ ਸਾਰਿਆਂ ਨੂੰ ਦਿਓ ਕਿਉਂਕਿ 70 ਸਾਲ ਤੋਂ ਵੱਧ ਉਮਰ ਵਾਲੀ ਗੱਲ ਇਸ ਕਰਕੇ ਆ ਕਿ ਪੈਨਸ਼ਨਰ ਕੁੱਲ ਮਿਲਾ ਕੇ 25 ਲੱਖ ਦੇ ਕਰੀਬ ਬਣਦੇ ਆ 25 ਲੱਖ ਦੇ ਵਿੱਚੋਂ ਪਿਛਲੇ 6-7 ਸਾਲਾਂ ਚ ਪੈਨਸ਼ਨ ਡਿੱਗਦੇ 1 ਲੱਖ ਤੋਂ ਵੱਧ ਮਰ ਗਏ
ਉਹਦੇ ਤੋਂ ਵੱਧ ਨਵੇਂ ਰਿਟਾਇਰ ਹੋ ਕੇ ਉਹਨਾਂ ਚ ਰਲ ਗਏ ਆ। ਹੁਣ ਜੇ ਵੇਲੇ ਸਿਰ ਉਹਨਾਂ ਨੂੰ 70 ਲੱਖ ਤੋਂ ਵੱਧ ਇਹਨਾਂ ਨੂੰ ਨਹੀਂ ਮਿਲਦੀ ਜੀ, ਉਹਨੂੰ ਪਤਾ ਨੀ ਉਹਨਾਂ ਕਿ ਕਿੰਨੇ ਜਾਣੇ ਹੋਰ ਪੈਨਸ਼ਨ ਡੀਲ ਦੇ ਤੁਰ ਜਾਣ। ਇਸ ਕਰਕੇ ਸੁਪਰੀਮ ਕੋਰਟ ਨੇ ਉਹ ਵੀ ਹੱਥ ਮਿਸ ਦਿੱਤੀ ਆ ਔਰ ਆਖਿਆ ਕਿ ਇਹ ਸਾਰੇ ਇੰਨੇ ਇੰਨੇ ਸਮੇਂ ਦੇ ਵਿੱਚ ਤੁਹਾਨੂੰ ਦੇਣੇ ਪੈਣਗੇ। ਮੇਰੇ ਖਿਆਲ ਸੁਪਰੀਮ ਕੋਰਟ ਨੇ ਜਿਹੜਾ ਅੱਜ ਵਾਲਾ ਬੜਾ ਸਖ਼ਤ ਆਰਡਰ ਕੀਤਾ, ਇਹਦੇ ਤੋਂ ਬਾਅਦ ਭਾਰਤ ਸਰਕਾਰ ਦੇ ਕੋਲ ਪਾਸਾ ਵੱਟਣ ਦਾ ਕੋਈ ਰਾਹ ਨਹੀਂ ਰਹਿ ਗਿਆ। ਪਰ ਭਾਰਤ ਸਰਕਾਰ ਇੱਕ ਦੂਸਰੇ ਮਸਲੇ ਤੋਂ ਪਾਸਾ ਵੱਟ ਰਹੀ ਹੈ, ਜਿਹੜਾ ਜੱਜਾਂ ਦੇ ਕਲੋਜ਼ੀਅਮ ਦਾ ਮਾਮਲਾ ਹੈ ਜੀ, ਉੱਥੇ ਸੁਪਰੀਮ ਕੋਰਟ ਦੇ ਜੱਜਸ ਤੇ ਸਰਕਾਰ ਦੇ ਵਿੱਚ ਫਿਰ ਤਣੀ ਪਈ ਹੈ। ਉਹ ਪਤਾ ਨੀ ਕਿਉਂ ਜਿਹੜਾ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜੀਜੂ ਆ ਜੀ, ਇਹ ਲਗਾਤਾਰ ਇਸ ਮੁੱਦੇ ਦੇ ਉੱਤੇ ਰੇੜਕਾ ਪਾਈ ਰੱਖਦਾ। ਉਹਨਾਂ ਨੇ ਫਿਰ ਪਰਸੋਂ ਬਿਆਨ ਦੇ ਦਿੱਤਾ ਜਿਹੜਾ ਕੋਲੇਜੀਅਮ ਸਿਸਟਮ ਠੀਕ ਨਹੀਂ। ਕੋਲੇਜੀਅਮ ਸਿਸਟਮ ਦੇ ਵਿੱਚ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜਿਹੜੇ ਆ ਉਹ ਬੈਠ ਕੇ ਫੈਸਲਾ ਕਰਦੇ ਆ ਕਿ ਜੁਡੀਸ਼ਰੀ ਚ ਨਵੇਂ ਜੱਜ ਕਿਹੜੇ ਕਿਹੜੇ ਸ਼ਾਮਲ ਕਰਨੇ ਆ। ਇਹ ਕਹਿੰਦੇ ਨਹੀਂ ਉਹਦੇ ਵਿੱਚ ਸਰਕਾਰ ਦਾ ਨੁਮਾਇੰਦਾ ਵੀ ਚਾਹੀਦਾ। ਜੇ ਸਰਕਾਰ ਦਾ ਨੁਮਾਇੰਦਾ ਹੋਏਗਾ ਤੇ ਸਰਕਾਰੀ ਨੁਮਾਇੰਦਾ ਤਾਂ ਫਿਰ ਪੋਲੀਟੀਕਲ ਪੱਖ ਸੋਚ ਕੇ ਆਖੇਗਾ ਫਲਾਣਾ ਬੰਦਾ ਰੱਖਣਾ ਤੇ ਫਲਾਣਾ ਨਹੀਂ ਰੱਖਣਾ। ਉਹਦੇ ਉੱਤੇ ਬਹੁਤ ਸਾਰੇ ਲੋਕਾਂ ਨੂੰ ਇਤਰਾਜ਼ ਹੈ, ਇਹ ਨੀ ਮੰਨਦੇ ਇਸ ਗੱਲ ਨੂੰ। ਇਹ ਮੁੜ ਮੁੜ ਕੇ ਅੱਛਾ, ਇਹਦੇ ਤੋਂ ਪਹਿਲਾਂ ਕਾਂਗਰਸੀ ਸਰਕਾਰ ਵੇਲੇ ਵੀ ਇਹ ਯਤਨ ਹੁੰਦੇ ਰਹੇ ਸੀ ਕਿ ਸਰਕਾਰ ਦਾ ਬੰਦਾ ਵਿੱਚ ਬੈਠਣਾ ਚਾਹੀਦਾ। ਕੱਲਾ ਇਹੋ ਨਹੀਂ, ਦੂਸਰੇ ਪਾਸਿਓਂ ਅਦਾਲਤ ਵੀ ਕਈ ਮਾਮਲੇ ਚ ਇੱਦਾਂ ਕਹਿ ਚੁੱਕੀ ਹੈ ਕਿ ਸਰਕਾਰ ਮਰਜ਼ੀ ਕਰਦੀ ਹੈ। ਮਿਸਾਲ ਦੇ ਚੋਣ ਕਮਿਸ਼ਨ ਦੇ ਜਿਹੜੇ ਚੋਣ ਕਮਿਸ਼ਨਰ ਆ, ਮੁੱਖ ਚੋਣ ਕਮਿਸ਼ਨਰ ਤੇ ਦੋਵੇਂ ਚੋਣ ਕਮਿਸ਼ਨਰ, ਉਹਨਾਂ ਦੀ ਨਿਯੁਕਤੀ ਕਿੱਦਾਂ ਕਰਨੀ ਹੁਣ ਤੱਕ ਸਰਕਾਰ ਕਰਦੀ ਸੀ। ਹੁਣ ਸੁਪਰੀਮ ਕੋਰਟ ਨੇ ਆਖਿਆ ਕਿ ਤੁਸੀਂ ਇਹ ਚ ਬਹੁਤ ਬੇਨਿਯਮੀ ਕਰਦੇ ਹੋ। ਪੰਜਾਬ ਦਾ ਇੱਕ ਸੀਨੀਅਰ IAS ਅਫਸਰ, ਉਹਦੇ ਤੋਂ ਰਾਤ ਨੂੰ ਅਸਤੀਫਾ ਦਵਾਇਆ, ਰਾਤੋ ਰਾਤ ਪ੍ਰਵਾਨ ਕੀਤਾ ਤੇ ਅਗਲੇ ਦਿਨ ਉਹਨੂੰ ਭਾਰਤ ਦਾ ਚੋਣ ਕਮਿਸ਼ਨਰ ਬਣਾ ਦਿੱਤਾ। ਕੋਈ ਤਰੀਕਾ, ਕੋਈ ਚੋਣ ਕਮੇਟੀ, ਕੋਈ ਪੈਨਲ ਉਹਦੇ ਅੱਗੇ ਕੋਈ ਪੇਸ਼ ਹੋਵੇ ਫਿਰ ਤਾਂ ਪਤਾ ਲੱਗੇ। ਏਦਾਂ ਤੁਸੀਂ ਕਿੱਦਾਂ ਕਰ ਸਕਦੇ ਹੋ? ਤਾਂ ਕਿਉਂਕਿ ਸਰਕਾਰ ਏਦਾਂ ਦਾ ਕੰਮ ਕਰ ਸਕਦੀ ਹੈ, ਇਸ ਕਰਕੇ ਸਰਕਾਰ ਤੇ ਕੁੰਡਾ ਚਾਹੀਦਾ। ਉਹਦੇ ਵਿੱਚ ਨਵੀਂ ਕਮੇਟੀ ਬਣੇ ਇਹੋ ਜਿਹੇ ਕੰਮਾਂ ਵਾਸਤੇ ਜਿਹਦੇ ਵਿੱਚ ਪ੍ਰਧਾਨ ਮੰਤਰੀ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਵੀ ਹੋਵੇ, ਵਿਰੋਧੀ ਧਿਰ ਦਾ ਨੁਮਾਇੰਦਾ ਵੀ ਹੋਵੇ ਤੇ ਸੁਪਰੀਮ ਕੋਰਟ ਦਾ ਚੀਫ ਜਸਟਿਸ ਵੀ ਹੋਵੇ। ਜੇ ਵਿਰੋਧੀ ਧਿਰ ਦੇ ਵਿੱਚ ਕੋਈ ਰਜਿਸਟਰਡ ਵਿਰੋਧੀ ਧਿਰ ਨਾ ਹੋਵੇ, ਕਿਉਂਕਿ ਆਪੋਜੀਸ਼ਨ ਲੀਡਰ ਉਹ ਹੁੰਦਾ ਜਿਹਦੀ ਪਾਰਟੀ ਆਪੋਜੀਸ਼ਨ ਚ ਸਭ ਤੋਂ ਵੱਡੀ ਵੀ ਹੋਵੇ ਤੇ ਜਿਨ੍ਹਾਂ ਦੇ ਕੋਲ ਪਾਰਲੀਮੈਂਟ ਦੀਆਂ 10% ਤੋਂ ਵੱਧ ਸੀਟਾਂ ਹੋਣ। ਪਰ ਜੇ ਹੁਣ ਕਾਂਗਰਸ ਹੈ ਤੇ ਸਭ ਤੋਂ ਵੱਡੀ ਤਾਂ ਹੈਗੀ ਆ, ਪਰ ਜਿਹੜੀਆਂ ਇਹਨਾਂ ਨੂੰ 55 ਸੀਟਾਂ ਚਾਹੀਦੀਆਂ ਨੇ, ਇਹਨਾਂ ਕੋਲ 45 ਨੇ। ਹੁਣ ਸੁਪਰੀਮ ਕੋਰਟ ਨੇ ਆਖਿਆ ਭਾਵੇਂ ਉਹਨਾਂ ਕੋਲ 10% ਸੀਟਾਂ ਨਾ ਵੀ ਹੋਣ, ਤਾਂ ਵੀ ਜਿਹੜੀ ਪਾਰਲੀਮੈਂਟ ਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਆ ਉਹਦਾ ਨੁਮਾਇੰਦਾ ਵਿੱਚ ਹੋਵੇ। ਉਹ ਜੋ ਕੁਝ ਉਹਨਾਂ ਨੇ ਆਖਿਆ ਉਹਨੂੰ ਵੇਖੀਏ ਤੇ ਉਹ ਵੀ ਆਪਣੀ ਥਾਂ ਤੇ ਠੀਕ ਆ। ਸਰਕਾਰ ਇਸ ਹਾਲਤ ਨੂੰ ਆਪਣੇ ਪੱਖ ਚ ਵਰਤਣਾ ਚਾਹੁੰਦੀ ਹੈ ਕਿ ਜੱਜਾਂ ਦੀ ਨਿਯੁਕਤੀ ਚ ਸਾਡਾ ਨੁਮਾਇੰਦਾ ਵੀ ਬਿਠਾਇਆ ਕਰੋ ਜੀ। ਤੇ ਜੀ ਹਰਿਆਣੇ ਦੀ ਗੱਲ ਕਰ ਲਈਏ, ਇੱਥੇ ਇੱਕ ਭਰਤੀ ਹੋਈ ਸੀ ਕਈ ਸਾਲ ਪਹਿਲਾਂ ਥਾਣੇਦਾਰਾਂ ਦੀ, ਹੁਣ ਉਹਦੀ ਜਾਂਚ ਸ਼ੁਰੂ ਹੋ ਗਈ ਹੈ। ਦੇਖੋ ਇੱਕ ਭਰਤੀ ਹੋਈ ਸੀ 20 ਸਾਲ ਪਹਿਲਾਂ ਜੀ, ਉਸੇ JVT ਟੀਚਰਾਂ ਦੀ ਤੇ ਉਦੋਂ ਓਮ ਪ੍ਰਕਾਸ਼ ਚੁਟਾਲਾ ਮੁੱਖ ਮੰਤਰੀ ਹੁੰਦਾ ਸੀ, ਬਾਅਦ ਚ ਕਾਂਗਰਸ ਦਾ ਭੁਪਿੰਦਰ ਸਿੰਘ ਹੁੱਡਾ ਆ ਗਿਆ। ਇਹਨਾਂ ਕਿਹਾ ਪੜਤਾਲ ਤੇ ਓਮ ਪ੍ਰਕਾਸ਼ ਚੁਟਾਲੇ ਨੂੰ ਹੇਠਲੀ ਅਦਾਲਤ ਤੋਂ 10 ਸਾਲ ਸਜ਼ਾ ਹੋ ਗਈ ਜੀ। ਉਹ ਹਾਈਕੋਰਟ ਚ ਗਿਆ, ਸਜ਼ਾ ਉਹਦੀ ਕਾਇਮ ਰਹੀ, ਉਹਦੇ ਪੁੱਤਰ ਦੀ ਸਜ਼ਾ ਵੀ ਕਾਇਮ ਰਹੀ, 20-22 ਜਾਣੇ ਹੋਰ ਪਤਾ ਨੀ ਕਿੰਨੇ ਉਹਦੇ ਨਾਲ ਟੰਗੇ ਰਹੇ, ਅਫਸਰ ਵੀ ਸਨ, ਲੀਡਰ ਵੀ ਸਨ, ਸਾਬਕਾ ਵਿਧਾਇਕ ਵੀ ਸਨ, ਸਾਬਕਾ MP ਤੇ ਸਾਬਕਾ ਮੰਤਰੀ ਵੀ ਸਨ। ਫਿਰ ਉਹ ਸੁਪਰੀਮ ਕੋਰਟ ਗਿਆ, ਸਜ਼ਾ ਉਹਦੀ ਫਿਰ ਕਾਇਮ ਰਹੀ ਤੇ ਉਹਨੂੰ ਭੁਗਤਣੀ ਪਈ, ਉਹਦਾ ਸਾਰਿਆਂ ਨੂੰ ਭੁਗਤਣੀ ਪਈ ਜੀ। ਉਹਦੇ ਤੋਂ ਬਾਅਦ ਭੁਪਿੰਦਰ ਸਿੰਘ ਹੁੱਡਾ ਦਸਤਾ ਦਾਜ ਕਰਕੇ ਚਲਾ ਗਿਆ। ਹੁਣ 2014 ਤੋਂ ਉੱਥੇ ਭਾਜਪਾ ਦਾ ਮਨੋਹਰ ਲਾਲ ਖੱਟਰ ਰਾਜ ਕਰਦਾ। ਅਚਾਨਕ ਇੱਕ ਖਬਰ ਨਿਕਲਾਈ, ਮੁੰਡੇ ਇੱਕ ਨੇ ਜਾ ਕੇ ਹਾਈਕੋਰਟ ਚ ਅਰਜੀ ਦੇਤੀ ਕਿ 2009 ਦੇ ਵਿੱਚ ਪੁਲਿਸ ਇੰਸਪੈਕਟਰ ਭਰਤੀ ਕੀਤੇ ਸੀ। ਉਹ ਮੁੰਡਾ ਕਹਿੰਦਾ ਜੀ ਮੈਂ ਲਿਖਤੀ ਟੈਸਟ ਵਿੱਚ ਹਰਿਆਣੇ ਚੋਂ ਟੌਪ ਕੀਤਾ, ਸਭ ਤੋਂ ਵੱਧ ਨੰਬਰ ਮੇਰੇ ਸਨ, ਪਰ ਜਦੋਂ ਇੰਟਰਵਿਊ ਹੋਈ ਬਾਕੀਆਂ ਨੂੰ ਨੰਬਰ ਫੁੱਲ ਬਟਾ ਫੁੱਲ ਦੇ ਤੇ ਵੱਧ ਦੇ ਤੇ ਤੇ ਮੇਰੇ ਪੰਜੀਆਂ ਚ ਸਿਰਫ 7 ਲਾਏ ਤੇ ਮੈਂ ਰਹਿ ਗਿਆ ਤੇ ਉਹਨਾਂ ਨੂੰ ਭਰਤੀ ਕਰ ਲਿਆ, ਹੇਰਾਫੇਰੀ ਹੋਈ ਹੈ ਜੀ। ਉਹਦੀ ਪੜਤਾਲ ਹੋਈ ਕਮੇਟੀ ਬਣ ਕੇ ਤੇ ਪਤਾ ਲੱਗਾ ਕਿ ਉਹਦੇ ਵਿੱਚ ਉਦੋਂ ਜਿਹੜਾ ਗਵਰਨਰ ਹੁੰਦਾ ਸੀ, ਕਿਉਂਕਿ ਕੇਂਦਰ ਚ ਮਨਮੋਹਨ ਸਿੰਘ ਰਾਜ ਸੀ, ਗਵਰਨਰ ਵੀ ਕਾਂਗਰਸੀ ਸੀਗਾ ਮਨਮੋਹਨ ਸਿੰਘ ਦੇ ਰਾਜ ਚ, ਇੱਥੇ ਉਹਦਾ ਵੀ ਇੱਕ ਭਤੀਜਾ ਜਾਂ ਭਾਣਜਾ ਕੌਣ ਸੀ, ਉਹ ਵੀ ਇੰਸਪੈਕਟਰ ਰੱਖ ਲਿਆ, ਅੱਜ ਕੱਲ DSP ਬਣ ਗਿਆ। ਇੱਧਰੋਂ ਜਿਹੜਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸੀ ਕਾਂਗਰਸੀ,
ਜੀ ਉਹਦਾ ਵੀ ਇੱਥੇ ਕੋਈ ਭਾਣਜਾ ਭਤੀਜਾ ਰੱਖ ਲਿਆ, ਉਹਦੀ ਘਰਵਾਲੀ ਦਾ ਵੀ ਭਾਣਜਾ ਭਤੀਜਾ ਰੱਖ ਲਿਆ, ਉਹਦੇ ਦੋ ਮੰਤਰੀਆਂ ਦੇ ਵੀ ਰੱਖ ਲਏ, ਦੋ ਐਮ ਐਲ ਏ ਦੇ ਵੀ ਰੱਖ ਲਏ, ਉਹਦੇ ਪ੍ਰਾਈਵੇਟ ਫੈਕਟਰੀ ਦਾ ਵੀ ਇੱਕ ਰਿਸ਼ਤੇਦਾਰ ਰੱਖ ਲਿਆ, ਉਹ ਸਾਰੇ ਰੱਖ ਲਏ ਸਨ। ਕਮਾਲ ਦੀ ਗੱਲ ਇਹ ਕਿ ਉਹਨਾਂ ਚੋਂ ਕਈ ਬੰਦੇ ਉਹ ਸਿਲੈਕਟ ਕਰ ਲਏ ਜਿਨ੍ਹਾਂ ਨੇ ਐਪਲੀਕੇਸ਼ਨ ਫਾਰਮ ਪਤਾ ਨੀ ਕਿੱਦਾਂ ਉੱਥੇ ਪਹੁੰਚਾਇਆ, ਉਹ ਆਏ ਕਿ ਨਹੀਂ ਆਏ, ਉਹਨਾਂ ਦਾ ਫਾਰਮ ਆਪਣੇ ਆਇਆ ਗਿਆ ਜੀ, ਉਹਨਾਂ ਦੇ ਉਸ ਐਪਲੀਕੇਸ਼ਨ ਫਾਰਮ ਤੇ ਦਸਖਤ ਵੀ ਹੈ ਨੀਗੇ। ਤੇ ਉਦੋਂ ਇਹ ਕਮਾਲ ਦੀ ਗੱਲ ਇਹ ਕਿ ਕਾਹਲੀ ਕੀਤੀ ਗਈ 2009 ਚ ਭਰਤੀ ਹੋਈ ਆ, ਤੇ ਕੁਝ ਬੰਦਿਆਂ ਦੇ ਸਿਲੈਕਸ਼ਨ ਦੇ ਸਰਟੀਫਿਕੇਟ 2008 ਚ ਬਣ ਗਏ, ਇੱਕ ਸਾਲ ਪਹਿਲਾਂ ਕਿੱਦਾਂ ਬਣ ਗਏ ਜੀ, ਇਹ ਸਾਰਾ ਚਿੱਤਰ ਜਦੋਂ ਸਾਹਮਣੇ ਆਇਆ ਉਹਦੇ ਉੱਤੇ ਫਿਰ ਨਵੀਂ ਸਰਕਾਰ ਨੇ ਹਾਈ ਕੋਰਟ ਨੂੰ ਆਖਿਆ ਜੀ ਆਹ ਰਿਪੋਰਟ ਹੈ ਤੁਹਾਡੇ ਅੱਗੇ ਰੱਖਤੀ, ਹੁਣ ਤੁਸੀਂ ਜੋ ਕਰਨਾ ਕਰੋ। ਉਹ ਜਿਹੜੇ ਮੁੰਡੇ ਕੁੜੀਆਂ ਉਦੋਂ ਭਰਤੀ ਹੋਏ ਸੀ ਉਹ ਲਗਭਗ ਸਾਰੇ ਹੁਣ ਤੱਕ DSP ਬਣ ਚੁੱਕੇ ਆ, ਤੇ ਲੱਗਦਾ ਇਹ ਆ ਕਿ ਹਾਈ ਕੋਰਟ ਚ ਜਾ ਕੇ ਉਹਨਾਂ ਚੋਂ ਅੱਧੇ ਤੋਂ ਵੱਧ ਕੱਢਣ ਦਾ ਹੁਕਮ ਹੋ ਜਾਣਾ ਜਿਨ੍ਹਾਂ ਜਿਨ੍ਹਾਂ ਚ ਹੇਰਾਫੇਰੀ ਹੋਈ ਆ, ਤੇ ਜਿਹੜੇ ਮੁੰਡੇ ਨੇ ਪਟੀਸ਼ਨ ਕੀਤੀ ਆ ਜੀ ਉਸ ਮੁੰਡੇ ਨੂੰ ਇੰਸਪੈਕਟਰ ਬਣਨ ਦਾ ਵੀ ਹੱਕ ਮਿਲ ਸਕਦਾ, ਤੇ ਜੇ ਕੋਰਟ ਨੇ ਪਿਛਲੀ ਸਾਰੀ ਦੀ ਸੀਨੀਓਰਟੀ ਦੇ ਦਿੱਤੀ ਤੇ ਸਿੱਧਾ DSP ਵੀ ਬਣ ਸਕਦਾ ਜੀ। ਸਰਕਾਰ ਨੇ ਐਨਮੀ ਪ੍ਰਾਪਰਟੀ ਜਿਹੜੀਆਂ ਵੇਚਣ ਦੀ ਵਿਉਂਤਬੰਦੀ ਕੀਤੀ ਆ, ਪੰਜਾਬ ਹੁੰਦੀਆਂ ਕੀ ਹੈ ਜੀ? ਦੇਖੋ ਗੱਲ ਇਹ ਆ ਕਿ ਐਨੀਮੀ ਅੰਗਰੇਜ਼ੀ ਦਾ ਸ਼ਬਦ ਹੈ ਜਿਹਦਾ ਮਤਲਬ ਦੁਸ਼ਮਣ। ਬਿਲਕੁਲ ਦੁਸ਼ਮਣ ਦੀਆਂ ਜਾਇਦਾਦਾਂ, ਲੋਕੀ ਸਾਰੇ ਹੱਸ ਪੈਂਦੇ ਆ ਕਿ ਭਾਰਤ ਦੇ ਵਿੱਚ ਦੁਸ਼ਮਣ ਦੀਆਂ ਜਾਇਦਾਦਾਂ ਕਿੱਥੋਂ ਆ ਗਈਆਂ। ਅਸਲ ਵਿੱਚ ਇਹ ਸ਼ਬਦ ਨਿਕਲਿਆ ਇੱਥੋਂ ਕਿ ਜਿਹੜੇ ਲੋਕ ਭਾਰਤ ਨੂੰ ਛੱਡ ਕੇ ਦੁਸ਼ਮਣ ਦੇਸ਼ ਵਿੱਚ ਚਲੇ ਗਏ ਉਹਨਾਂ ਦੀਆਂ ਜਾਇਦਾਦਾਂ। ਹੁਣ ਮਿਸਾਲ ਦੇ ਤੌਰ ਤੇ ਜਦੋਂ ਪਾਕਿਸਤਾਨ ਬਣਿਆ, ਜਿਹੜੇ ਲੋਕ ਭਾਰਤ ਨੂੰ ਆਪਣਾ ਦੁਸ਼ਮਣ ਮੰਨ ਕੇ ਤੇ ਪਾਕਿਸਤਾਨ ਨੂੰ ਆਪਣਾ ਦੇਸ਼ ਮੰਨ ਕੇ ਉੱਥੇ ਚਲੇ ਗਏ, ਉਹਨਾਂ ਨੂੰ ਫਿਰ ਦੁਸ਼ਮਣ ਦੇਸ਼ ਦੇ ਵਾਸੀ ਗਿਣਿਆ ਜਾਂਦਾ ਤੇ ਉਹਨਾਂ ਦੀਆਂ ਜਾਇਦਾਦਾਂ ਇੱਥੇ ਰਹਿ ਗਈਆਂ, ਉਹਨਾਂ ਨੂੰ ਭਾਰਤ ਸਰਕਾਰ ਐਨੀਮੀ ਪ੍ਰਾਪਰਟੀ ਮੰਨਦੀ ਹੈ। ਇਸੇ ਤਰ੍ਹਾਂ ਕੁਛ ਲੋਕ ਚੀਨ ਵਿੱਚ ਜਾ ਵਸੇ ਸੀ, ਜਿਹੜੇ ਲੋਕ ਇੱਕ ਜਾਂ ਦੂਸਰੇ ਕਾਰਨ ਭਾਰਤ ਨੂੰ ਛੱਡ ਕੇ ਚੀਨ ਤੇ ਜਾ ਕੇ ਸਿਟੀਜ਼ਨ ਬਣ ਗਏ, ਉਹਨਾਂ ਦੇ ਬਾਰੇ ਵੀ ਉਹ ਸਮਝਿਆ ਜਾਂਦਾ ਕਿਉਂਕਿ ਦੋਵੇਂ ਦੇਸ਼ ਗੁਆਂਢੀ ਜ਼ਰੂਰ ਨੇ ਜੀ, ਪਰ ਭਾਰਤ ਦੇ ਫਰੈਂਡਲੀ ਕੰਟਰੀ ਨੀਗੇ। ਫਰੈਂਡਲੀ ਕੰਟਰੀ ਨਾ ਹੋਣ ਕਰਕੇ ਇਹਨਾਂ ਦੋਵਾਂ ਦੇ ਬਾਰੇ ਇਸ ਤਰ੍ਹਾਂ ਦੇ ਵਿਚਾਰ ਮੰਨੇ ਜਾਂਦੇ ਆ ਕਿ ਇੱਥੇ ਗਏ ਲੋਕਾਂ ਦੀ ਪ੍ਰਾਪਰਟੀ ਅਸਲ ਵਿੱਚ ਐਨੀਮੀ ਪ੍ਰਾਪਰਟੀ ਆ ਜੀ। ਦੂਜੀ ਗੱਲ ਇਹ ਕਿ ਚੀਨ ਦੇ ਨਾਲ ਇੱਕ ਵਾਰੀ ਤਾਂ ਵੱਡੀ ਜੰਗ 1962 ਚ ਹੋਈ ਸੀ ਜੀ, ਉਹ ਸਿੱਧੀ ਦੁਸ਼ਮਣੀ ਸੀ। ਉਹਦੇ ਤੋਂ ਬਾਅਦ ਗਲਵਾਨ ਘਾਟੀ ਤੇ ਹੋਰ ਥਾਵਾਂ ਦੇ ਉੱਤੇ ਕਈ ਵਾਰੀ ਆਪਸ ਵਿੱਚ ਟਕਰਾਅ ਹੋ ਚੁੱਕੀਆਂ ਜੀ, ਉਹ ਟਕਰਾਂ ਸਾਬਤ ਕਰਦੀਆਂ ਕਿ ਦੋਵਾਂ ਦੇਸ਼ਾਂ ਦੇ ਸੰਬੰਧ ਦੋਸਤਾਨਾ ਨਹੀਂ ਦੁਸ਼ਮਣੀ ਵਾਲੇ ਆ ਜੀ। ਪਾਕਿਸਤਾਨ ਨੇ ਅੰਗਰੇਜ਼ਾਂ ਨਾਲ ਅੱਖ ਮਿਲਾ ਕੇ 1947 ਚ ਆਜ਼ਾਦ ਹੋਇਆ ਸੀ, 1948 ਚ ਹਮਲਾ ਕਰਕੇ ਅੱਧਾ ਕਸ਼ਮੀਰ ਹੜੱਪ ਲਿਆ। ਜਦੋਂ ਤੱਕ ਕਸ਼ਮੀਰ ਦੇ ਰਾਜੇ ਨੇ ਲਿਖ ਦਿੱਤਾ ਕਿ ਮੈਂ ਭਾਰਤ ਵਿੱਚ ਸ਼ਾਮਲ ਹੋਣਾ, ਉਦੋਂ ਤੱਕ ਅੱਧਾ ਉਹਨਾਂ ਨੇ ਕਬਜ਼ੇ ਕਰ ਲਿਆ ਸੀ। ਉਹ ਪਹਿਲੀ ਜੰਗ ਸੀ ਜਿਹੜੀ ਭਾਰਤ ਦੀ ਤੇ ਪਾਕਿਸਤਾਨ ਦੀ ਫੌਜ ਨੇ ਆਪੋ ਚ ਲੜੀ ਜੀ। ਦੂਜੀ ਜੰਗ 1965 ਚ ਲੜੀ, ਤੀਜੀ 1971 ਚ ਲੜੀ, ਜਿਹਦੇ ਚ ਉਹਦਾ ਅੱਧਾ ਹਿੱਸਾ ਟੁੱਟ ਕੇ ਬੰਗਲਾਦੇਸ਼ ਬਣ ਗਿਆ, ਤੇ ਚੌਥੀ ਜਿਹੜੀ ਸੀ ਉਹ ਕਾਰਗਿਲ ਚ ਹੋ ਗਈ। ਉਹਨਾਂ ਚਾਰ ਜੰਗਾਂ ਦਾ ਕਰਕੇ ਉਹ ਵੀ ਜਿਹੜਾ ਐਨੀਮੀ ਕੰਟਰੀ ਹੈ। ਇਹਨਾਂ ਦੇ ਜਿਹੜੇ ਸਿਟੀਜ਼ਨ ਬਣ ਚੁੱਕੇ ਆ ਉਹਨਾਂ ਦੀਆਂ ਜਾਇਦਾਦਾਂ ਭਾਰਤ ਵਿੱਚ ਰਹਿ ਗਈਆਂ, ਉਹਨਾਂ ਨੂੰ ਭਾਰਤ ਸਰਕਾਰ ਹੁਣ ਜ਼ਬਤ ਕਰਕੇ ਨਿਲਾਮ ਕਰਨ ਲੱਗੀ ਆ। ਪਰ ਉਹ ਚ ਇੱਕ ਪ੍ਰੋਵੀਜ਼ਨ ਰੱਖੀ ਆ ਕਿ ਉਹ ਜਾਇਦਾਦਾਂ ਜਿਹਨਾਂ ਦੇ ਕਬਜ਼ੇ ਚ ਆ, ਜੇ ਤਾਂ ਉਹ 1 ਕਰੋੜ ਤੱਕ ਦੀਆਂ ਜਾਇਦਾਦਾਂ ਨੇ ਤੇ ਉਹਨਾਂ ਨੂੰ ਲੋਕਾਂ ਨੂੰ ਆਖਿਆ ਜਾਊਗਾ ਕਿ ਪਹਿਲ ਤੁਹਾਡੀ, ਤੁਸੀਂ ਜਾਇਦਾਦ ਲੈਣੀ ਆ ਤੇ ਇੰਨੇ ਪੈਸੇ ਦੇ ਕੇ ਰੱਖ ਸਕਦੇ ਹੋ। ਪਰ ਜੇ ਉਹ ਆਖਣ ਕਿ ਸਾਡੇ ਕੋਲ ਹੈ ਨਹੀਂ ਪੈਸੇ ਤੇ ਅਸੀਂ ਨਹੀਂ ਲੈਣੇ, ਦੇ ਦਿਓ ਜਿਹਨੂੰ ਦੇਣੀ ਆ ਤਾਂ, ਤੇ ਫਿਰ ਭਾਰਤ ਸਰਕਾਰ 1 ਕਰੋੜ ਤੋਂ ਵੱਧ ਜਾਂ ਜਿਹੜੀਆਂ ਕੋਈ ਲੈਣ ਨੂੰ ਤਿਆਰ ਨੇ ਉਹ ਸਾਰੀਆਂ ਜਾਇਦਾਦਾਂ ਨਿਲਾਮੀ ਕਰਕੇ ਵੇਚੇਗੀ ਤੇ ਉਹ ਪੈਸਾ ਭਾਰਤ ਸਰਕਾਰ ਦੇ ਸਿੱਧੇ ਫੰਡ ਚ ਜਾਵੇਗਾ ਜੀ। ਪੰਨੂ ਸਾਹਿਬ ਇੱਕ ਜਾਣਕਾਰੀ ਹੋਰ ਦਿਓ ਜੀ, ਇਹ ਜਿਹੜਾ ਮਸਲਾ ਇਹ ਵੀ ਆਪਾਂ ਸਾਂਝਾ ਕਰ ਹੀ ਲਈਏ। ਆਹ ਜਿਹੜਾ ਪੰਜਾਬ ਤੇ ਹਰਿਆਣੇ ਦੀਆਂ ਸ਼ਾਮਲਾਟ ਵਾਲੀਆਂ ਪ੍ਰਾਪਰਟੀ ਜੀ ਸੀ, ਇਹ ਪੰਚਾਇਤਾਂ ਨੂੰ ਦੇਣ ਦੀ ਗੱਲ ਚੱਲੀ ਸੀ, ਹਾਈ ਕੋਰਟ ਨੇ ਰੋਕਾ ਤੋਲਾ ਤੀ ਜੀ। ਹੁਣ ਦੇਖੋ ਇਹ ਪ੍ਰਾਪਰਟੀ ਜਿਹੜੀਆਂ ਨੇ ਨਾ, ਸ਼ਾਮਲਾਟ ਹੋਰ ਹੁੰਦੀ ਆ ਤੇ ਪੰਚਾਇਤੀ ਜਾਇਦਾਦ ਹੋਰ ਹੁੰਦੀ ਆ ਜੀ। ਬਿਲਕੁਲ, ਇਹ ਜਾਇਦਾਦਾਂ ਨੂੰ ਨਵੀਂ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਵਾਲੀ, ਉਹਨਾਂ ਨੇ ਫੈਸਲਾ ਕੀਤਾ ਸੀ ਕਿ ਸ਼ਾਮਲਾਟ ਜ਼ਮੀਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਦੇ ਦਿੱਤੀਆਂ ਜਾਣਗੀਆਂ ਜੀ। ਇਹ ਕਹਿੰਦਾ ਪੰਜਾਬ ਸਰਕਾਰ ਨੇ ਨੀ ਕੀਤਾ, ਹਰਿਆਣੇ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ ਵੀ ਕੀਤਾ ਸੀ। ਕੁਝ ਲੋਕਾਂ ਨੇ ਜਾ ਕੇ ਆਖਿਆ ਜੀ ਇਹਦੇ ਚ ਗਲਤ ਕੀਤਾ ਗਿਆ। ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਦੋਵਾਂ ਨੇ ਆਖਿਆ ਕਿ ਅਸੀਂ ਕੋਈ ਗਲਤ ਨੀ ਕੀਤਾ,
ਇਹਦੇ ਬਾਰੇ ਚ ਪਹਿਲਾਂ ਸੁਪਰੀਮ ਕੋਰਟ ਫੈਸਲਾ ਦੇ ਚੁੱਕੀ ਹੈ ਤੇ ਇਹ ਜਿਹੜੀਆਂ ਜਾਇਦਾਦਾਂ ਨੇ ਜਿਹੜੀਆਂ ਸ਼ਾਮਲਾਟ ਜ਼ਮੀਨਾਂ ਨੇ ਇਹ ਪੰਚਾਇਤਾਂ ਨੂੰ ਸੌਂਪੀਆਂ ਜਾ ਸਕਦੀਆਂ, ਮਾਲਕੀ ਤਬਦੀਲ ਕੀਤੀ ਜਾ ਸਕਦੀ ਹੈ। ਜਿਨ੍ਹਾਂ ਨੇ ਕੇਸ ਕੀਤਾ ਸੀ ਉਹਨਾਂ ਨੇ ਜਾ ਕੇ ਦੱਸਿਆ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਚ ਆ ਗੱਲਾਂ ਕਲੀਅਰ ਨਹੀਂ ਸੀ ਤੇ ਇਹਨਾਂ ਦੋਵਾਂ ਦੇਸ਼ਾਂ ਦੋਵਾਂ ਸਰਕਾਰਾਂ ਨੇ ਪੰਜਾਬ ਵਾਲਿਆਂ ਨੂੰ ਤੇ ਹਰਿਆਣੇ ਵਾਲਿਆਂ ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਉਸ ਨੋਟੀਫਿਕੇਸ਼ਨ ਦੇ ਵਿੱਚ ਆਪਣੀ ਮਰਜ਼ੀ ਨਾਲ ਆਹ ਮੁੱਦਾ ਪਾਈਆਂ, ਜਾਂ ਤਾਂ ਇਹ ਕਲੀਅਰ ਕਰਨ ਤੇ ਜੇ ਕਲੀਅਰ ਨਹੀਂ ਕਰਦੇ ਤੇ ਫਿਰ ਇਹ ਕਬਜ਼ੇ ਚ ਨਹੀਂ ਲੈ ਸਕਦੇ। ਹਾਈ ਕੋਰਟ ਨੇ ਉਹਨਾਂ ਦੀ ਗੱਲ ਇਹ ਮੰਨ ਲਈ ਹੈ ਔਰ ਮੰਨ ਕੇ ਇੱਕ ਵਾਰੀ ਰੋਕ ਦਿੱਤਾ, ਆਖਿਆ ਜਾਂ ਤਾਂ ਤੁਸੀਂ ਨੋਟੀਫਿਕੇਸ਼ਨ ਕਲੀਅਰ ਕਰੋ ਜਾਂ ਸੁਪਰੀਮ ਕੋਰਟ ਜਦ ਤੱਕ ਇਹ ਫੈਸਲਾ ਨਹੀਂ ਕਰਦੀ ਉਹਨਾਂ ਚਿਰ ਤੱਕ ਤੁਸੀਂ ਨਹੀਂ ਲੈ ਸਕਦੇ। ਇਹਦਾ ਮਤਲਬ ਇਹ ਨਹੀਂ ਕਿ ਉਹ ਰੱਦ ਕਰ ਦਿੱਤਾ, ਵਕਤੀ ਤੌਰ ਤੇ ਇੱਕ ਵਾਰੀ ਹਾਈ ਕੋਰਟ ਨੇ ਰੋਕ ਦਿੱਤਾ। ਅੱਜਨਾਮਾ ਕੀ ਕਹਿੰਦਾ ਜੀ? ਅੱਜਨਾਮਾ ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਇੰਟਰਨੈਸ਼ਨਲ ਕੋਰਟ ਤੋਂ ਪੱਛਮੀ ਦੇਸ਼ਾਂ ਨੇ ਵਾਰੰਟ ਕਢਾ ਦਿੱਤੇ ਆ ਤੇ ਉਹਦੇ ਵਾਰੰਟਾਂ ਦੀ ਪਰਵਾਹ ਨੀ ਕੀਤੀ, ਅਗਲੇ ਮੋਰਚੇ ਤੇ ਯੂਕਰੇਨ ਚ ਚਲਾ ਗਿਆ ਪਤਾ ਕਰਨ ਵਾਸਤੇ ਕਿ ਫੌਜਾਂ ਕਿੱਦਾਂ ਲੜਦੀਆਂ। ਉਹਦੇ ਉੱਤੇ ਪੱਛਮੀ ਮੁਲਕਾਂ ਦਾ ਬਹੁਤ ਦਬਾਅ ਵਧਿਆ, ਸ਼ਿਕੰਜਾ ਰੂਸ ਲਈ ਸਸਤਿਆ ਹੋਈ ਜਾਂਦਾ। ਯੂਐਨ ਕੌਂਸਲ ਪਾਬੰਦੀ ਜੀ ਲਾਈ ਜਾਵੇ, ਦਰਵਾਜੇ ਆਪਣੇ ਯੂਰਪ ਪਿਆ ਢੋਈ ਜਾਂਦਾ। ਭਾਰਤ ਅਜੇ ਵੀ ਹੋਇਆ ਨੀ ਕਿਸੇ ਪਾਸੇ ਰੂਸ ਨਾਲ ਸਿੱਧਾ, ਫਿਰ ਚੀਨ ਖੜੋਈ ਜਾਂਦਾ। ਵਾਰੰਟ ਸੰਸਾਰ ਦੀ ਕੋਰਟ ਵੀ ਭੇਜ ਰਹੀ ਆ, ਪੁਤਿਨ ਅਮਰੀਕਾ ਦੇ ਕਰੀਬ ਬਦਖੋਈ ਜਾਂਦਾ। ਬਾਕੀ ਇਹਨਾਂ ਨੇ ਕਰੀਮੀਆ ਬੰਨੀ ਜਾਂ ਪੁੱਜਿਆ ਕੱਲ ਪੁਤਿਨ, ਅਗਲੇ ਮੋਰਚਿਆਂ ਦੇ ਚੱਕਰ ਲਾਉਣ ਮੀਆਂ, ਖਿੱਚਦੇ ਭੁੜਕਦੇ ਪੱਛਮ ਦੇ ਮੁਲਕ ਬਾਹਲਾ ਲੱਗਾ ਰਹਿੰਦਾ ਪੁਤਿਨ ਭੜਕਾਉਣ ਮੀਆਂ। ਬਹੁਤ ਮਿਹਰਬਾਨੀ ਪੰਨੂ ਸਾਹਿਬ, ਬਹੁਤ ਧੰਨਵਾਦ ਜੀ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਸੋ ਇਹ ਸੀ ਜਤਿੰਦਰ ਪੰਨੂ ਸਾਹਿਬ ਦੇ ਨਾਲ ਗੱਲਬਾਤ, ਹੁਣ ਆਪਾਂ ਬ੍ਰੇਕ ਲੈ ਕੇ ਅੱਗੇ ਚੱਲਦੇ ਹਾਂ ਜੀ।